ਮਟੋਰ ਦੇ ਵਿੱਚ ਇੱਕ ਲੇਡੀ ਨੇ ਤਵੇ ਦੇ ਨਾਲ ਆਪ ਦੇ ਹਸਬੰਦ ਦੇ ਤਵਾ ਮਾਰਿਆ ਸਵੇਰੇ ਉੱਠ ਕੇ ਮਰ ਗਿਆ ਨਿੱਕੇ ਨਿੱਕੇ ਬੱਚੇ ਆ ਬੱਚੇ ਰੁੱਲ ਗਏ ਹਸਬੰਦ ਮਰ ਗਿਆ ਉਹ ਜੇਲ੍ਹ ਚ ਦੋਨੋਂ ਇੱਕ ਦੂਜੇ ਨੂੰ ਭੈਣ ਭਰਾ ਕਹਿੰਦੇ ਸੀਗੇ ਤੇ ਫਿਰ ਇਹਨੇ ਕੀ ਕੀਤਾ ਜਿਹੜੀ ਆਪਦੀ ਅਸਲੀ ਵਾਈਫ ਆ ਤੇ 4 ਸਾਲ ਦੀ ਬੱਚੀ ਉਹਨਾਂ ਨੂੰ ਇਹਨਾਂ ਨੇ ਛੱਡ ਕੇ ਤੇ ਇਹਨੇ ਗਲਤ ਡਾਕੂਮੈਂਟ ਦੇ ਕੇ ਕਿ ਮੇਰਾ ਡਾਈਵੋਰਸ ਹੋ ਗਿਆ ਦਾ ਡਾਈਵੋਰਸ ਨਹੀਂ ਹੋਇਆ ਹਲੇ ਇਹਨੇ ਡਾਈਵੋਰਸ ਦਿਖਾ ਕੇ ਤੇ ਹਾਈ ਕੋਰਟ ਜਾ ਕੇ ਹਾਈ ਕੋਰਟ ਨੂੰ ਇਸਲੀਡ ਕਰਕੇ ਨੇ ਵਿਆਹ ਕਰਾ ਲਿਆ ਉਸ ਲੇਡੀ ਦੇ ਨਾਲ ਮੈਂ ਤੈਨੂੰ ਦੱਸ ਦੇਣਾ ਚਾਹਨੀ ਆ ਕਿ ਤੂੰ ਵੀਡੀਓ ਪਾ ਕੇ ਲਗਾਤਾਰ ਹੀ ਲਾਈਵ ਹੋ ਕੇ ਸਾਡੇ ਸਮਾਜ ਨੂੰ ਚੈਲੰਜ ਕਰਨ ਦੇਈ ਹੈ ਕਿ ਮੈਂ ਤੁਹਾਡੇ ਤੋਂ ਡਰਦੀ ਨਹੀਂ ਤੇ ਮੈਂ ਤੈਨੂੰ ਦੱਸ ਦੇਣਾ ਚਾਹਨੀ ਆ ਕਿ ਤੂੰ ਸਿੱਖ ਸਮਾਜ ਨਾਲ ਸਾਨੂੰ ਜਾਂ ਹਾਰਵਾਲਮਿਕ ਸਮਾਜ ਨੂੰ ਜਾਂ ਮਧਵੀ ਸਿੱਖ ਸਮਾਜ ਨੂੰ ਲੈ ਲੈ ਕੇ ਕਰਕੇ ਸਾਨੂੰ ਭੜਕਾਉਣਾ ਚਾਹਨੀ ਹੈ ਇਹ ਪ੍ਰੋਬਲਮ ਆ ਅੰਨੇ ਭਗਤ ਇਹਨਾਂ ਨੂੰ ਯੂਜ਼ ਕਰਦੇ ਨੇ ਕਿ ਜਦੋਂ ਇਹਨਾਂ ਦੇ ਕੋਈ ਭੀੜ ਪੈਂਦੀ ਆ ਉਹ ਸਾੜ ਦੇ ਵਿੱਚ ਇਹ ਜੁਰਮ ਕਰਦੇ ਨੇ ਇੱਕ ਔਰ ਆਪਣੇ ਵੱਲੋਂ ਚਨੌਤੀ ਦੇਨੀ ਆ ਤੈਨੂੰ ਕਿ ਤੂੰ ਜਿੱਥੇ ਮਰਜੀ ਲੁਕ ਜਾ ਮਹਾਲੀ ਵਿੱਚ ਜਾ ਕਿਤੇ ਵੀ ਜਾ ਕੇ ਲੁਕ ਜਾ ਮੈਂ ਤੈਨੂੰ ਚੈਲੰਜ ਕਰਦੀ ਆ ਕਿ ਹਰਪ੍ਰਿੰਦਰ ਕੌਰ ਉਸਮਾਨ ਜੋ ਬਾਬਾ ਸਾਹਿਬ ਅੰਬੇਰਗਾਦੀ ਬੇਟੀ ਹੈ ਪ੍ਰਭੂ ਵਾਲਨਿਕ ਮਹਾਰਾਦੀ ਬੇਟੀ ਹੈ ਬਾਬਾ ਜੀਵਨ ਸਿੰਘ ਦੀ ਬੇਟੀ ਹੈ ਤੈਨੂੰ ਚੈਲੰਜ ਕਰਦੀ ਆ ਕਿ ਕਿੱਥੇ ਹੋਣਾ ਹੈ ਮੇਰੇ ਨਾਲ ਆ ਕੇ ਵੇਖ ਇਹਦੀ ਕੁਤ ਵੀ ਮੁੰਨਾ ਗਿਆ ਰਸਦਾ ਜਿਹੜਾ ਗਲਾ ਹੈ ਉਹ ਧਿਆਨ ਕਰ ਪ੍ਰਭੂ ਵਾਲਮੀਕ ਨੂੰ ਖਰਾ ਦੇ ਰਾਮ তীਰਥ ਨੂੰ ਜਿੰਨੋ ਸਕੇਦੇ ਨੇ ਵਾਲਮੀਕ তীਰਥ ਉੱਥੇ ਅਸੀਂ ਚੜਾਵਾਂਗੇ ਮੈਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਿਹਾ ਕਿਉਂਕਿ ਜਿਵੇਂ ਬਾਬਾ ਨਾਨਕ ਉਵੇਂ ਮਾਰਿਸ਼ੀ ਵਾਲਮੀਕ ਫਰੋਗ ਗਿਰਦਾਰੀ ਨਾਥ ਨੇ ਤੇ ਇਹ ਵਰਿੰਦਰ ਨਾਥ ਤੇ ਇਹ ਨਛੱਤਰਨਾਥ ਇਹਨਾਂ ਨੇ ਤਾਂ ਉਹਦੀ ਆਸਥਾ ਦੇ ਨਾਲ ਵੀ ਖਿਲਵਾੜ ਕੀਤਾ ਤੇ ਉਸ ਮੰਦਿਰ ਦੀ ਪਵਿੱਤਰਤਾ ਵੀ ਪੰਗ ਕੀਤੀ ਆ ਤੁਸੀਂ ਕੁੜੀਆਂ ਨੂੰ ਕਹਿੰਦੇ ਬਾਹਰ ਨਾ ਜਾਓ ਪਰ ਬਾਹਰ ਜਾਣਾ ਇੰਨਾ ਖਤਰਨਾਕ ਨਹੀਂ ਜਿੰਨਾ ਘਰ ਵਿੱਚ ਰਹਿਣਾ ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ ਮੈਕਸਿਮਮ ਜਿਹੜੀ ਜੈਦਰਸੈਕਸ ਅਬਿਊਸ ਆ ਉਹ ਫੈਮਲੀਆਂ ਦੇ ਵਿੱਚ ਤੇ ਨੋਨ ਲੋਕਾਂ ਵੱਲੋਂ ਹੁੰਦਾ ਆ ਪਿੰਡ ਮਹੇਸ਼ਰੀ ਹੈ ਮੋਗੇ ਕੋਲ ਉੱਥੇ ਦਾ ਛੋਟਾ ਜਿਹਾ ਬੱਚਾ ਸੁਖਪ੍ਰੀਤ 11 ਸਾਲ ਦਾ ਤੇ ਉਹਦੇ ਗਵੰਡੀ ਆ ਉਹਦੇ ਗਵੰਡੀ ਦਾ ਨਾਮ ਲੱਕੀ ਉਹਨੇ ਕੀ ਕੀਤਾ ਉਹ ਬੱਚੇ ਦੇ ਨਾਲ ਉਹਨੇ ਰੇਪ ਕੀਤਾ ਮੁੰਡੇ ਦੇ ਨਾਲ ਮੁੰਡੇ ਨਾਲ ਰੇਪ ਕਰਕੇ ਉਹਨੂੰ ਫਾਂਸੀ ਲਾ ਕੇ ਉਹਨੂੰ ਸਾੜਤਾ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਲੈ ਕੇ ਆਏ ਹਾਂ ਪੰਜਾਬ ਦੀ ਸਭ ਤੋਂ ਲਾੜਲੀ ਤੇ ਸਭ ਤੋਂ ਬੁਲੰਤੀ ਸਿਮਰਨਜੀਤ ਜੀ ਹਰ ਵਾਰੀ ਕਿਸੇ ਨਾ ਕਿਸੇ ਮੁੱਦੇ ਤੇ ਲੈ ਕੇ ਆਉਂਦੀ ਹੈ ਪਰ ਅੱਜ ਮੁੱਦਿਆਂ ਤੋਂ ਤੋਂ ਪਹਿਲਾਂ ਉਹਦੇ ਨਾਲ ਜੋ ਇਨਸਾਫ ਕੁਦਰਤ ਨੇ ਜਾਂ ਰੱਬ ਨੇ ਕੀਤਾ ਹੈ ਉਹਦੇ ਬਾਰੇ ਗੱਲ ਸ਼ੁਰੂ ਕਰਦੇ ਹਾਂ ਸਿਮਰਨ ਸਾਹਿਬ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰੇ ਘਰਾਂ 'ਚ ਬੰਦ ਨੇ ਪਰ ਤੁਸੀਂ ਮੈਨੂੰ ਲੱਗਦਾ ਘਰਾਂ 'ਚ ਬੰਦ ਨਹੀਂ ਲੋਕਾਂ ਦੀ ਆਵਾਜ਼ ਤੁਸੀਂ ਚੁੱਕਦੇ ਆ ਰਹੇ ਹੋ ਉਹ ਚਲ ਰਿਹਾ ਹੈ ਕਿਉਂਕਿ ਕੰਟੀਨਿਊਸਲੀ ਲੋਕਾਂ ਨੇ ਜੇ ਤੁਹਾਨੂੰ ਹੈਲਪ ਲੈਣੀ ਹੈ ਹੁਣ ਜਿਆਦਾ ਇਹੋ ਜੀ ਕੰਡੀਸ਼ਨ ਸੀਗੀ ਸੋ ਕੰਟੈਕਟ ਕਰੀ ਜਾਂਦੇ ਨੇ ਸੋ ਆਪ ਆਪਣਾ ਫਰਜ਼ ਪੂਰਾ ਕਰੀ ਜਾਂਦੇ ਆ ਹੁਣ ਜਿਵੇਂ ਲੋਕਾਂ ਨੂੰ ਲੱਗਦਾ ਹੈ ਕਿ ਚਲੋ ਕਰੋਨਾ ਕਰਕੇ ਕੁਆਰੰਟੀਨ ਚੱਲ ਰਿਹਾ ਹੈਗਾ ਬਟ ਅਸਲ ਵਿੱਚ ਦਿੱਕਤਾਂ ਬਹੁਤ ਆ ਰਹੀਆਂ ਹੋਣੀਆਂ ਐਕਸਟ੍ਰੀਮਲੀ ਫਾਈਨੈਂਸ਼ੀਅਲ ਦਿੱਕਤਾਂ ਆ ਰਹੀਆਂ ਨੇ ਫਿਰ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਹੋ ਗਈ ਆ ਸਾਰੇ ਜਣੇ ਮੈਂਟਲੀ ਬਹੁਤ ਜ਼ਿਆਦਾ ਅਪਸੈਟ ਹੋਏ ਪਏ ਆ ਜਿਹੜੀ ਸਪੈਸੀਫਿਕਲੀ ਜਿਹੜੀ ਮੀਡਲ ਕਲਾਸ ਆ ਕਿਉਂਕਿ ਉਹਨਾਂ ਨੂੰ ਅਰਨਿੰਗ ਦੀ ਟੈਂਸ਼ਨ ਹੋਈ ਹੋਈ ਆ ਔਰ ਟੈਂਸ਼ਨ ਪਹਿਸ਼ ਔਰਤਾਂ ਤੇ ਨਿਕਲਦੀ ਹੈ ਬੱਚਿਆਂ ਤੇ ਤੇ ਨਿਕਲਦੀ ਹੈ ਔਰ ਕਈ ਔਰਤਾਂ ਦੀ ਆਪਣੇ ਹਸਬੰਦ ਤੇ ਨਿਕਲ ਰਹੀ ਆ ਅੱਛਾ ਉਲਟਾ ਵੀ ਮਟਰ ਦੇ ਵਿੱਚ ਇੱਕ ਲੇਡੀ ਨੇ ਤਵੇ ਦੇ ਨਾਲ ਆਪਦੇ ਹਸਬੰਦ ਦੇ ਤਵਾ ਮਾਰਿਆ ਸਵੇਰੇ ਉੱਠ ਕੇ ਮਰ ਗਿਆ ਨਿੱਕੇ ਨਿੱਕੇ ਬੱਚੇ ਆ ਬੱਚੇ ਰੁੱਲ ਗਏ ਹਸਬੰਦ ਮਰ ਗਿਆ ਉਹ ਜੇਲ੍ਹ ਚ ਸੋ ਦੋਨੋਂ ਪਾਸੇ ਹੋ ਰਿਹਾ ਲੁਧਿਆਣੇ ਦੇ ਵਿੱਚ ਇੱਕ ਹਸਬੰਦ ਨੇ ਰੀਡ ਦੀ ਹੱਡੀ ਤੋੜਤੀ ਵਾਈਫ ਦੀ ਕਿਉਂਕਿ ਉਹ ਲੁੱਡੋ ਦੇ ਵਿੱਚ ਆਪਣੀ ਵਾਈਫ ਤੋਂ ਹਾਰ ਗਿਆ ਤੇ ਇੱਕ ਨੂੰ ਪੇਕੇ ਨਹੀਂ ਜਾਣ ਦਿੱਤਾ ਗਿਆ ਤੇ ਇਸ ਲਈ ਉਹਨੇ ਤੇਲ ਤੇਲ ਪਾ ਕੇ ਆਪਣਾ ਹਸਬੰਦ ਸਾੜ ਦੱਸੋ ਲੇਡੀਜ਼ ਵੀ ਕਰ ਰਹੀਆਂ ਨੇ ਸੋ ਮਤਲਬ ਬਰਾਬਰੀ ਦੇ ਨਾਮ ਤੇ ਸਭ ਕੁਝ ਬਰਾਬਰ ਹੋ ਰਿਹਾ ਪਰ ਇਟਸ ਰੀਲੀ ਸੈਡ ਕਿ ਅਕਿਊਜ਼ਡ ਇਜ਼ ਅਕਿਊਜ਼ਡ ਜੀ ਬਟ ਬੜਾ ਮਤਲਬ ਕਰੋਨਾ ਦਾ ਇਹ ਅਸਰ ਨਹੀਂ ਦੇਖਿਆ ਕਿਉਂਕਿ ਇੱਕ ਕਮਰੇ ਵਿੱਚ ਬੰਦ ਹੋ ਕੇ ਕਿੰਨਾ ਬਟ ਸਾਨੂੰ ਇਸ ਤੋਂ ਪਹਿਲਾਂ ਸੀ ਉਸ ਗੱਲ ਤੇ ਆਂਦੇ ਆ ਜੋ ਦੋ ਆਸ਼ਰਮ ਦੇ ਹੈੱਡ ਜਿਨ੍ਹਾਂ ਨੂੰ ਫੜਿਆ ਗਿਆ ਹੈ ਰੇਪਲੇ ਚਾਰ ਲੋਕ ਇਨ ਫੈਕਟ ਉਹ ਉਹ ਲੋਕ ਨੇ 76 ਔਰ ਦੂਜਾ ਦਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ ਉਹ ਦੀ ਕਿਰਦਾਰੀਨਾਥ ਕਿਰਦਾਰੀਨਾਥ ਉਹ ਲੋਕ ਨੇ ਜਿਨ੍ਹਾਂ ਨੇ ਤੁਹਾਡੇ ਵਿਰੋਧ ਕੰਪਲੇਨ ਕੀਤੀ ਸੀ ਬਿਲਕੁਲ ਕੰਪਲੇਨੈਂਟ ਦਾ ਨਾਮ ਤਾਂ ਸ਼ਸ਼ੀ ਗਿੱਲ ਸੀਗਾ ਹੈਗਾ ਤੇ ਕਪੂਰਥਲੇ ਵਾਲੇ ਦਾ ਨਾਮ ਅਮਨਦੀਪ ਸੋਹੋਤਾ ਆ ਜੋ ਕੰਪਲੇਨੈਂਟ ਆ ਬਟ ਇਹ ਸਾਰੇ ਜਾਣੇ ਸੇਮ ਟੀਮ ਆ ਤੇ ਇਹ ਜਿਹੜਾ ਮੇਨ ਜਿਹੜਾ ਨਸ਼ਤਰਨਾਥ ਆ ਇਹਦੇ ਅੰਡਰ ਇਹ ਸਾਰੇ ਜਾਣੇ ਕੰਮ ਕਰਦੇ ਆ ਜਿਨੇ ਮੇਰੇ ਅਗੇਂਸਟ ਰੇਲ ਰੋਕੀ ਸੀਗੀ ਇਵਨ ਆਈ ਵਾਸ ਨਾਟ ਅਵੇਅਰ ਏ ਤੇ ਇਹਦੀ ਵਾਈਫ ਆ ਇਹਨਾਂ ਨੇ ਰੇਲ ਰੋਕੀ ਤੇ ਜਦੋਂ ਮੈਨੂੰ ਅਰੈਸਟ ਕਰਕੇ ਲੈ ਕੇ ਗਿਆ ਥਾਣੇ ਦੇ ਬਾਹਰ ਖੜੇ ਸੀ ਫਿਰ ਇਹਨਾਂ ਨੇ ਜਦੋਂ ਮੈਨੂੰ ਇਹਨਾਂ ਨੇ ਚੁੱਪਚੀਪੀਤੇ ਮੈਨੂੰ ਜੇਲ ਛੱਡਿਆ ਤਾਂ ਉਸ ਸਮੇਂ ਇਹਨਾਂ ਦੀ ਪਲੈਨਿੰਗ ਸੀਗੀ ਕਿ ਮੇਰੀ ਕਾਰ ਦੇ ਉੱਤੇ ਜਿਹੜੀ ਕਾਰ 'ਚ ਮੈਨੂੰ ਲੈ ਕੇ ਜਾ ਰਹੀ ਐ ਕਿਉਂਕਿ ਉਹਨਾਂ ਨੇ ਨਿਸ਼ਾਨਾ ਰੱਖਿਆ ਹੋਇਆ ਸੀ ਵੀ ਜਿਹਦੇ ਪਿੰਕ ਕਲਰ ਦੀ ਜੈਕਟ ਪਾਈ ਹੋਈ ਆ ਇਹ ਉਸ ਕਾਰ 'ਚ ਜਿਹੜੀ ਕੁੜੀ ਬੈਠੀ ਹੋਗੀ ਉਹ ਤੇ ਅੰਡੇ ਸਿੱਟਣੇ ਨੇ ਤੇ ਜਦ ਕਪੂਰਤਲੇ ਵੀ ਲੈ ਕੇ ਗਏ ਉਦੋਂ ਵੀ ਖੈਰ ਪੁਲਿਸ ਨੇ ਉਸ ਚੀਜ਼ ਦੇ ਵਿੱਚ ਮੈਨੂੰ ਬਚਾਇਆ ਸੋ ਤੁਹਾਨੂੰ ਸਮਝ ਨਹੀਂ ਆ ਰਿਹਾ ਸੀ ਤੇ ਹੁਣ ਇਹ ਸਮਝ ਆਇਆ ਇਹ ਇਨਸਾਨ ਸੀ ਜੋ ਸਾਡੇ ਸਾਰੇ ਕੇਸ ਪਿੱਛੇ ਸੀਗਾ ਔਰ ਇਹਦੇ ਪਿੱਛੇ ਉਹਦੇ ਕੋਈ ਨਿੱਜੀ ਤੁਹਾਡੇ ਨਾਲ ਦੁਸ਼ਮਣੀ ਸੀ ਜੋ ਉਹਦਾ ਤੁਹਾਡਾ ਕੋਈ ਕੇਸ ਚੱਲ ਰਿਹਾ ਉਹਦੇ ਪਰਿਵਾਰ ਦਾ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਕਿ ਅਕਸਰ ਹੀ ਮੈਂ ਆਪਣੀ ਵੀਡੀਓ ਦੇ ਵਿੱਚ ਵੀ ਦੱਸਿਆ ਕਿ ਅਕਸਰ ਹੀ ਇਹੋ ਜੀਆਂ ਕੋਈ ਵੀ ਜਗ੍ਹਾ ਹੁੰਦੀਆਂ ਮੇਰੇ ਕੋਲ ਬਹੁਤ ਸਾਰਿਆਂ ਦੇ ਖਿਲਾਫ ਗੁਮਨਾਮ ਵੀ ਤੇ ਕਈ ਨਾਮ ਦੇ ਨਾਲ ਵੀ ਮੈਨੂੰ ਮੇਲਸ ਕਾਲਸ ਤੇ ਲੈਟਰਸ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਵੀ ਇਹੋ ਜਿਹਾ ਗਲਤ ਹੁੰਦਾ ਇਹ ਇਹ ਇੱਕ ਈਗਾ ਹੋਰ ਵੀ ਹੈਗੇ ਨੇ ਬਟ ਵਿਦਆਊਟ ਪ੍ਰੂਫ ਆਪਾਂ ਗੱਲ ਨਹੀਂ ਕਰਦੇ ਹੈਗੇ ਇਹਦੇ ਖਿਲਾਫ ਉਹਨਾਂ ਨੂੰ ਪਤਾ ਸੀ ਵੀ ਹੁਣੇ ਪਿੰਡਾਂ ਚ ਜਾ ਰਹੀ ਆ ਤੇ ਮੇਰੇ ਖਿਲਾਫ ਪ੍ਰੂਫ ਇਕੱਠੇ ਹੋਣਗੇ ਸੋ ਬੜੀ ਕਨਫਿਊਜ਼ਿੰਗ ਸੀਗੀ ਤੇ ਫਿਰ ਸਿਚੁਏਸ਼ਨ ਹੌਲੀ ਹੌਲੀ ਜਦੋਂ ਆਖੇ ਮੈਂ ਵਰਕ ਆਊਟ ਕੀਤਾ ਤੇ ਫਿਰ ਇਹਦੀ ਜਿਹੜੀ ਵਾਈਫ ਆ ਜਿਹੜੀ ਇਹ ਨਛੱਤਰ ਨੇ ਆਪਣੀ ਵਾਈਫ ਛੱਡੀ ਸੀਗੀ ਕਿਸੇ ਹੋਰ ਲੇਡੀ ਦੇ ਪਿੱਛੇ ਮੈਂ ਥੋੜੀ ਡਿਟੇਲ ਚ ਜਾਣੀ ਆ ਜਿਹੜਾ ਇਹ ਨਛੱਤਰ ਨਾਂ ਦਾ ਆ ਇਹ ਆਟੋ ਚਲਾਉਂਦਾ ਹੁੰਦਾ ਸੀ ਆਟੋ ਤੋਂ ਕਿਵੇਂ ਧਰਮ ਦਾ ਠੇਕੇਦਾਰ ਬਣਿਆ ਮਤਲਬ ਲੋਕਾਂ ਨੂੰ ਠੱਗ ਠੱਗ ਕੇ ਇਹ ਗਰੀਬ ਲੋਕਾਂ ਦਾ ਮਸੀਹਾ ਬਣ ਕੇ ਬੈਠ ਗਿਆ ਤੇ ਇਹ ਜਿਹੜੀ ਲੇਡੀ ਸੀਗੀ ਇਹਦੀ ਵਾਈਫ ਆ ਵੈਸੇ ਉਹਨੂੰ ਰਿੰਪੀ ਰਿੰਪੀ ਕਹਿੰਦੇ ਆ ਉੱਥੇ ਉਸਮਾ ਉਹਦਾ ਨਾਮ ਮੈਂ ਤੁਹਾਨੂੰ ਮਤਲਬ ਮੈਨੂੰ ਐਗਜ਼ੈਕਟਲੀ ਨਾਮ ਉਹਦਾ ਯਾਦ ਨਹੀਂ ਉਹਦਾ ਰੁਪਿੰਦਰਜੀ ਥਿੰਗ ਰਿੰਪੀ ਰਿੰਪੀ ਬੋਲਦੇ ਆ ਉਹਨੂੰ ਤੇ ਉਹਦੀ ਵੀਡੀਓ ਕਲਿੱਪ ਹੈਗੀ ਆ ਜਿਹੜੀ ਉਹ ਲੋਕਾਂ ਨੂੰ ਭੁਗਾਰੀ ਆ ਮੇਰੇ ਖਿਲਾਫ ਮੇਰੇ ਕੋਲ ਤੇ ਉਹ ਜਿਹੜੀ ਸੀਗੀ ਉਹਨੂੰ ਇਹ ਭੈਣ ਕਹਿੰਦਾ ਹੁੰਦਾ ਸੀਗਾ ਮਤਲਬ ਇਹ ਦੋਨੋਂ ਇੱਕ ਦੂਜੇ ਨੂੰ ਭੈਣ ਭਰਾ ਕਹਿੰਦੇ ਸੀਗੇ ਤੇ ਫਿਰ ਇਹਨੇ ਕੀ ਕੀਤਾ ਜਿਹੜੀ ਆਪਦੀ ਅਸਲੀ ਵਾਈਫ ਆ ਤੇ 4 ਸਾਲ ਦੀ ਬੱਚੀ ਉਹਨਾਂ ਨੂੰ ਇਹਨਾਂ ਨੇ ਛੱਡ ਕੇ ਤੇ ਇਹਨੇ ਗਲਤ ਡਾਕੂਮੈਂਟ ਦੇ ਕੇ ਕਿ ਮੇਰਾ ਡਾਈਵੋਰਸ ਹੋ ਗਿਆ ਦਾ ਡਾਈਵੋਰਸ ਨਹੀਂ ਹੋਇਆ ਹਲੇ ਇਹਨੇ ਡਾਈਵੋਰਸ ਦਿਖਾ ਕੇ ਤੇ ਹਾਈ ਕੋਰਟ ਜਾ ਕੇ ਹਾਈ ਕੋਰਟ ਨੂੰ ਮਿਸਲੀਡ ਕਰਕੇ ਨੇ ਵਿਆਹ ਕਰਾ ਲਿਆ ਉਸ ਲੇਡੀ ਦੇ ਨਾਲ ਤੇ ਫਿਰ ਉਹ ਉਹਦੇ ਨਾਲ ਮਿਲ ਕੇ ਫਿਰ ਇਹਦੇ ਕਿਉਂਕਿ ਇਹਨਾਂ ਦਾ ਜਿਹੜਾ ਪੀਐਸਓ ਆ ਉਹਨੇ ਸੀਐਮ ਨੂੰ ਲੈਟਰ ਲਿਖੀ ਹੋਈ ਆ ਤੇ ਮੇਰੇ ਕੋਲ ਵੀ ਉਹਨਾਂ ਦੀ ਕੰਪਲੇਂਟ ਆਈ ਉਹਦੇ ਵਿੱਚ ਲਿਖਿਆ ਕਿ ਇਹ ਕਿਵੇਂ ਗੁੰਡਾਗਰਦੀ ਕਰਦੇ ਆ ਕੀ ਕਿਸ ਤਰੀਕੇ ਨਾਲ ਇਹ ਮੈਨੂੰ ਟਰੈਪ ਕਰ ਰਹੇ ਸੀ ਉਹ ਸਾਰੀਆਂ ਚੀਜ਼ਾਂ ਦੇ ਪ੍ਰੂਫ ਹੈਗੇ ਨੇ ਮੇਰੇ ਕੋਲ ਰਾਈਟ ਨਾਓ ਸੋ ਆਈ ਕੈਨ ਸ਼ੋ ਯੂ ਉਹ ਕੋਲ ਵੀਡੀਓ ਕਲਿੱਪ ਹੈਗਾ ਵੀਡੀਓ ਕਲਿੱਪ ਤੁਸੀਂ ਜ਼ਰੂਰ ਦੇਖੋ ਬਿਲਕੁਲ ਚਾਹੁੰਦੀ ਆ ਕਿ ਤੁਸੀਂ ਸਾਡੇ ਭਗਵਾਨ ਵਾਲਮੀਕ ਮਹਾਰਾਜ ਜੀ ਬਾਰੇ ਜੋ ਆਪ ਸਬਦ ਬੋਲ ਰਹੇ ਜੋ ਉਹਨਾਂ ਦੀ ਛਵੀ ਬਾਰੇ ਗਲਤ ਦੱਸ ਰਹੇ ਆ ਲੋਕਾਂ ਨੂੰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨੀ ਆ ਕਿ ਭਗਵਾਨ ਵਾਲਮੀਕ ਮਹਾਰਾਜ ਜੀ ਉਹ ਨੇ ਜਿਨ੍ਹਾਂ ਨੇ ਸ਼੍ਰੀ ਰਾਮਚੰਦਰ ਜੀ ਦੇ ਜਨਮ ਤੋਂ 10000 ਸਾਲ ਪਹਿਲਾਂ ਉਹਨਾਂ ਦੀ ਰਮੈਨ ਉਹਨਾਂ ਦੇ ਜਿਹੜਾ ਪਰਿਵਾਰ ਬਾਰੇ ਜਿਹੜਾ ਹਿਸਟਰੀ ਦੱਸ ਦਿੱਤੀ ਸੀ ਤੁਸੀਂ ਸਾਨੂੰ ਇਹ ਸਮਝਾਉਣਾ ਚਾਹੁੰਦੇ ਹੋ ਕਿ ਵਾਲਮੀਕ ਮਹਾਰਾਜ ਜੀ ਕੌਣ ਨੇ ਮੈਂ ਤੈਨੂੰ ਦੱਸ ਦੇਣਾ ਚਾਹੁੰਨੀ ਆ ਕਿ ਤੂੰ ਵੀਡੀਓ ਪਾ ਕੇ ਲਗਾਤਾਰ ਹੀ ਲਾਈਵ ਹੋ ਕੇ ਸਾਡੇ ਸਮਾਜ ਨੂੰ ਚੈਲੰਜ ਕਰਨ ਦੇਈ ਹੈ ਕਿ ਮੈਂ ਤੁਹਾਡੇ ਤੋਂ ਡਰਦੀ ਨਹੀਂ ਤੇ ਮੈਂ ਤੈਨੂੰ ਦੱਸ ਦੇਣਾ ਦੱਸ ਦੇਣਾ ਚਾਹਨੀ ਆ ਕਿ ਤੂੰ ਸਿੱਖ ਸਮਾਜ ਨਾਲ ਸਾਨੂੰ ਜਾਂ ਵਾਲਮੀਕ ਸਮਾਜ ਨੂੰ ਜਾਂ ਮਜਬੀ ਸਿੱਖ ਸਮਾਜ ਨੂੰ ਰਿਲੇਟ ਕਰਕੇ ਸਾਨੂੰ ਪੜ੍ਹਾਉਣਾ ਚਾਹਨੀ ਹੈ ਜੋ ਲੜਾਈ ਕਰਨਾ ਆਉਣਾ ਚਾਹਨੀ ਆ ਉਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਕਰਾਂਗੀ ਔਰ ਮੈਂ ਦੱਸ ਦੇਣਾ ਚਾਹਨੀ ਆ ਮਜਬੀ ਸਿੱਖ ਵਾਲਮੀਕ ਸਮਾਜ ਨੂੰ ਕਿ ਜੇ ਇਹ ਜੋ ਔਰਤ ਆਪਣੇ ਆਪ ਨੂੰ ਸਿੱਖ ਸਮਾਜ ਨਾਲ ਰਿਲੇਟਡ ਕਰਕੇ ਦੰਗਾ ਕਰਾਉਣਾ ਚਾਹੁੰਦੀ ਹੈ ਉਹਦੀਆਂ ਗੱਲਾਂ ਵਿੱਚ ਨਾ ਆਓ ਔਰ ਮੈਂ ਇੱਕ ਔਰ ਆਪਣੇ ਵੱਲੋਂ ਚੁਣੌਤੀ ਦੇਣੀ ਹੈ ਤੈਨੂੰ ਕਿ ਤੂੰ ਜਿੱਥੇ ਮਰਜ਼ੀ ਲੁਕ ਜਾ ਮਹਾਲੀ ਵਿੱਚ ਜਾ ਕਿਤੇ ਵੀ ਜਾ ਕੇ ਲੁਕ ਜਾ ਮੈਂ ਤੈਨੂੰ ਚੈਲੰਜ ਕਰਦੀ ਹਾਂ ਕਿ ਹਰਪ੍ਰੀਤ ਕੌਰ ਉਸਮਾਂ ਜੋ ਬਾਬਾ ਸਾਹਿਬ ਅੰਬੇਰਗਾ ਦੀ ਬੇਟੀ ਹੈ ਪ੍ਰਭੂ ਵਾਲਮੀਕ ਮਹਾਰਾ ਦੀ ਬੇਟੀ ਹੈ ਬਾਬਾ ਜੀਵਨ ਸਿੰਘ ਦੀ ਬੇਟੀ ਹੈ ਤੈਨੂੰ ਚੈਲੰਜ ਕਰਦੀ ਐ ਕਿ ਕਿੱਥੇ ਹੋਣਾ ਐ ਮੇਰੇ ਨਾਲ ਆ ਕੇ ਵੇਖ ਔਰ ਤੂੰ ਕੱਲ ਦੀ ਗੱਲ ਕਰਦੀ ਪਈ ਐ ਨਾ 6 ਤਰੀਕ ਦੀ ਕਿ ਤੇਰਾ ਤੇਰਾ ਪਰਚਾ ਕਰਜੋਗਾ ਮੈਂ ਤੇਰਨ ਨਵਾਦਾ ਕਰਦੀ ਆ ਕਿ ਤੈਨੂੰ ਕੱਲ ਹੀ 6 ਤਰੀਕ ਨੂੰ ਦਿਨ ਚੜ੍ਹਦੇ ਤੱਕ ਰੈਸਟ ਕਰਾਵਾਂਗੇ ਔਰ ਜੋ ਸਾਡੇ ਤੋਂ ਹੋਵੇਗਾ ਕਰਾਂਗੇ ਮੈਂ ਆਲਮੀ ਖਸਵਾਦ ਨੂੰ ਮਜਬੀ ਸਖ ਸਮਾਜ ਨੂੰ ਅਪੀਲ ਕਰਨਾ ਚਾਹਨੀ ਆ ਕਿ ਪਲੀਜ਼ ਜਾਗੋ ਜਾਗੋ ਵੀਰੋ ਜਾਗੋ ਪ੍ਰਾਣੋਂ ਘਰਾਂ ਚੋਂ ਬਾਹਰ ਆਓ ਆਪਣੇ ਪਰਿਵਾਰਾਂ ਨੂੰ ਲੈ ਕੇ ਬਾਹਰ ਆਓ ਅੱਜ ਸਾਡੇ ਪ੍ਰਭੂ ਪਿਤਾ ਪਰਮਾਤਮਾ ਵਾਲਮੀਕ ਮਹਾਰਾਜ ਜੀ ਦੀ ਸ਼ੋਵੀ ਨੂੰ ਤੁਮ ਮਿਲ ਕੀਤਾ ਜਾ ਰਿਹਾ ਹੈ ਹਰ ਥਾਂ ਤੇ ਕਦੀ ਉਹਨਾਂ ਦੇ ਤੀਰਥਾਂ ਨੂੰ ਗਲਤ ਬੋਲਿਆ ਜਾਂਦਾ ਹੈ ਕਦੀ ਉਹਨਾਂ ਦੇ ਬੱਚਿਆਂ ਨੂੰ ਗਲਤ ਬੋਲਾ ਜਾਂਦਾ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਇਸ ਨੂੰ ਘਰੋਂ ਕੱਢ ਕੇ ਇਹਦੀ ਗੁੱਤ ਵੀ ਮੁੰਨਾਗੇ ਔਰ ਇਸ ਦਾ ਜਿਹੜਾ ਕਲਾ ਹੈ ਲਿਆਣ ਕੇ ਪ੍ਰਭੂ ਵਾਲਮੀਕ ਮਹਾਰਾਜ ਦੇ ਰਾਮ ਤੀਰਥ ਜਿਨੋ ਸਿ ਕਹਦੇ ਨੇ ਵਾਲਮੀਕ ਤੀਰਥ ਉਥੇ ਅਸੀਂ ਚੜਾਵਾਂਗੇ ਜੋ ਬੋਲੇ ਸੋ ਨਰ ਫੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਫੇ ਉਹ ਉਹਨਾਂ ਨੂੰ ਇਹੀ ਸੀਗਾ ਕਿ ਇਹ ਡਰਦੀ ਨਹੀਂ ਗਈ ਮੈਂ ਬਾਰ ਬਾਰ ਬੋਲਦੀ ਸੀ ਕਿ ਮੇਰੇ ਕਰਕੇ ਧਾਰਮਿਕ ਭਾਵਨਾਵਾਂ ਹਰਟ ਹੋਈਆਂ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆ ਪਰ ਮੈਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਿਹਾ ਕਿਉਂਕਿ ਜਿਵੇਂ ਬਾਬਾ ਨਾਨਕ ਉਹ ਮੈਂ ਮਹਾਰਿਸ਼ੀ ਵਾਲਮੀਕ ਠੀਕ ਪਰ ਪਰ ਮੈਂ ਡਰਦੀ ਨਹੀਂ ਕਿਸੇ ਤੋਂ ਇਹ ਕਹਿੰਦਾ ਸੀ ਇਹ ਡਰਦੀ ਕਿਉਂ ਨਹੀਂ ਗਈ ਹੁਣ ਜੇ ਗਲਤ ਕੰਮ ਦੇ ਖਿਲਾਫ ਖੜੀ ਆ ਤਾਂ ਮੈਂ ਕਿਉਂ ਡਰਾਂ ਤੇ ਮੈਂ ਲੜੂੰਗੀ ਅੰਤ ਤੱਕ ਲੜੂੰਗੀ ਉਹ ਸ਼ੁਰੂ ਤੋਂ ਮੈਂ ਅੰਦਰ ਜਾਣ ਤੋਂ ਪਹਿਲਾਂ ਵੀ ਕਹਿੰਦੀ ਸੀ ਬਾਹਰ ਆ ਕੇ ਵੀ ਮੇਰਾ ਉਹੀ ਆ ਸੋ ਉਹ ਪਰਮਾਤਮਾ ਦਾ ਇਨਸਾਫ ਆ ਇਹ ਉਸ ਰੱਬ ਦੇ ਘਰ ਨੂੰ ਗਲਤ ਤਰੀਕੇ ਨਾਲ ਯੂਜ਼ ਕਰ ਰਹੇ ਸੀਗੇ ਕਹਿੰਦਾ ਨਾ ਵਰਲਡ ਫੇਮਸ ਮੰਦਿਰ ਓਬਵੀਅਸ ਕਿੰਨੇ ਲੋਕਾਂ ਦੀ ਆਸਥਾ ਆ ਤਉ ਪਰਮਾਤਮਾ ਨੇ ਆਪਣੇ ਆਪ ਇਨਸਾਫ ਕਰਤਾ ਕਿ ਇਹਨਾਂ ਦਾ ਸਟਿੰਗ ਆਪਰੇਸ਼ਨ ਕਰਕੇ ਖੁਦ ਮੈਜਿਸਟਰੇਟ ਨੇ ਇਹਨਾਂ ਨੂੰ ਰੰਗੇ ਹੱਥੀ ਫੜ ਲਿਆ ਕਿਉਂਕਿ ਜੇ ਮੇਰੇ ਵਰਗੇ ਲੋਕ ਗੱਲਾਂ ਇਹੋ ਕਰਦੇ ਤਾਂ ਇਹਨਾਂ ਨੇ ਮੇਰੇ ਖਿਲਾਫ ਹੋਰ ਪਤਾ ਨਹੀਂ ਕੀ ਕੁਝ ਕਰ ਦੇਣਾ ਸੀ ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਦੋ ਔਰਤਾਂ ਦਾ ਬਲਾਤਕਾਰ ਹੋਇਆ ਉਹਦੇ ਬਾਅਦ ਸੱਚ ਸਾਹਮਣੇ ਆਇਆ ਸੀ ਜੇ ਯੂ نو ਜਾਗਰੂਕਤਾ ਹੁੰਦੀ ਸੁਣਨ ਦੀ ਸ਼ਕਤੀ ਹੁੰਦੀ ਤਾਂ ਉਹ ਵਿਚਾਰੀਆਂ ਔਰਤਾਂ ਤੇ ਇਹਨਾਂ ਨਾਲ ਬੁਰਾ ਹਾਲ ਹੁੰਦਾ ਇਸ ਚੀਜ਼ ਦਾ ਕਾਰਨ ਸਿਰਫ ਸਾਡੇ ਆਪਣੇ ਲੋਕ ਨੇ ਇਹ ਲੋਕ ਨਾ ਅੰਨੀ ਭਗਤੀ ਰੱਖਦੇ ਆ ਸਾਰੇ ਲੋਕ ਆਪਣੇ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਉਹ ਜਦੋਂ ਅੰਨੀ ਭਗਤੀ ਆ ਜਾਂਦੀ ਹੈ ਨਾ ਉਦੋਂ ਕੰਮ ਅਸੀਂ ਆਪਣੀਆਂ ਜੋ ਇਹ ਲੋ ਆਪਣੇ ਲੋਕ ਕੀ ਕਰਦੇ ਆ ਉਹ ਜੋ ਸਾਡੀ ਗੁਰਬਾਣੀ ਜਾਂ ਜੋ ਸਾਡੀਆਂ ਲਿਖਤਾਂ ਨੇ ਜਾਂ ਸਾਡੇ ਗ੍ਰੰਥ ਨੇ ਚਾਹੇ ਉਹ ਭਗਵਤ ਗੀਤਾ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਹੋਵੇ ਚਾਹੇ ਕੁਰਾਨ ਸ਼ਰੀਫ ਹੋਵੇ ਜਾਂ ਕੋਈ ਵੀ ਹੋਵੇ ਉਹਨਾਂ ਦੇ ਉੱਤੇ ਧਿਆਨ ਦੇਣ ਦੇ ਨਾਲੋਂ ਇਹ ਲੋਕ ਕੀ ਕਰਦੇ ਨੇ ਇਹ ਇਹ ਉਹ ਜੋ ਉਹਨਾਂ ਦੀ ਟੀਚਿੰਗਸ ਨੇ ਉਹਨਾਂ ਨਾਲੋਂ ਜਿਹੜੇ ਇਹਨਾਂ ਨੇ ਮਤਲਬ ਇਹ ਧਰਮ ਦੇ ਠੇਕੇਦਾਰ ਹੁੰਦੇ ਆ ਉਹਨਾਂ ਦੇ ਲਈ ਅੰਨੇ ਭਗਤ ਬਣ ਜਾਂਦੇ ਆ ਇਹ ਪ੍ਰੋਬਲਮ ਆ ਅੰਨੇ ਭਗਤ ਇਹਨਾਂ ਨੂੰ ਯੂਜ਼ ਕਰਦੇ ਨੇ ਕਿ ਜਦੋਂ ਇਹਨਾਂ ਦੇ ਕੋਈ ਭੀੜ ਪੈਂਦੀ ਆ ਉਹ ਸਾੜ ਦੇ ਵਿੱਚ ਇਹ ਜੁਰਮ ਕਰਦੇ ਨੇ ਹੁਣ ਉਹੀ ਗੱਲ ਆ ਜੇ ਲੇਡ ਰੇਪ ਇਹ ਸਿਰਫ ਇਹ ਦੋ ਲੇਡੀਜ਼ ਨਹੀਂ ਹੈਗੀਆਂ ਪਤਾ ਹੀ ਨਹੀਂ ਕਿੰਨੀਆਂ ਔਰਤਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਇਹਨਾਂ ਦੀਆਂ ਕੰਪਲੇਂਟਸ ਆਉਂਦੀਆਂ ਰਹੀਆਂ ਪਤਾ ਹੀ ਨਹੀਂ ਉੱਥੇ ਕਿੰਨੀਆਂ ਹੋਰ ਔਰਤਾਂ ਨੇ ਜਿਨ੍ਹਾਂ ਨੂੰ ਇਦਾਂ ਯੂਜ਼ ਕਰਕੇ ਉਹਨਾਂ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਜਿਵੇਂ ਇਹ ਔਰਤ ਵੀ ਆ ਜਿਹੜੀ ਗੁਰਦਾਸਪੁਰ ਤੋਂ ਆ ਇਹਦੇ ਬੱਚਾ ਨਹੀਂ ਹੋ ਰਿਹਾ ਸੀਗਾ ਇਹਨੂੰ ਕਿਸੇ ਨੇ ਕਿਹਾ ਉੱਥੇ ਸੇਵਾ ਕਰ ਵੀ ਬੱਚਾ ਹੋ ਜਾਊਗਾ ਚਲੋ ਅਗਲੀ ਆਸਥਾ ਨਾਲ ਆਈ ਪਰ ਉਹ ਗਿਰਧਾਰੀ ਨਾਥ ਨੇ ਤੇ ਇਹ ਵਰਿੰਦਰ ਨਾਥ ਤੇ ਇਹ ਨਛੱਤਰ ਨਾਥ ਇਹਨਾਂ ਨੇ ਤਾਂ ਉਹਦੀ ਆਸਥਾ ਦੇ ਨਾਲ ਵੀ ਖਿਲਵਾੜ ਕੀਤਾ ਤੇ ਉਸ ਮੰਦਿਰ ਦੀ ਪਵਿੱਤਰਤਾ ਵੀ ਪੰਗ ਕੀਤੀ ਆ ਦੀ ਬਹੁਤ ਅਫਸੋਸ ਇੱਕ ਗੱਲਾਂ ਸੋ ਕਿ ਕਿੰਨਾ ਦਰਦ ਹੁੰਦਾ ਹੈ ਔਰ ਇਹੋ ਅਸੀਂ ਵੇਖ ਰਹੇ ਹਾਂ ਅੱਜ ਘਰ-ਘਰਾਂ ਵਿੱਚ ਹੋ ਰਿਹਾ ਹੈਗਾ ਬੱਚਿਆਂ ਨਾਲ ਹੋ ਰਿਹਾ ਤੁਸੀਂ ਮੈਨੂੰ ਨੇ ਕੇਸ ਚ ਦੱਸ ਰਹੇ ਸੀਗੇ ਇੱਕ ਬੇਟੀ ਤਾਂ ਤੁਹਾਨੂੰ ਫੋਨ ਕਰ ਰਹੀ ਹੈ ਕਿ ਪ੍ਰਾ ਵਾਪਸ ਆਣ ਲੱਗਾ ਹੈ ਬਾਹਰੋਂ ਤੇ ਉਹ ਘਬराई ਹੋਈ ਹੈ ਬਿਲਕੁਲ ਮੈਨੂੰ ਜਲੰਧਰ ਤੋਂ ਹੁਣੀ-ਹੁਣੀ ਅੱਜ ਹੀ ਮੈਨੂੰ ਕਾਲ ਆਈ ਆ ਇੱਕ ਕੁੜੀ ਦੀ 16 ਸਾਲ ਦੀ ਆ ਐਂਡ ਉਹ ਰੋ ਰਹੀ ਉਹਦਾ ਵਾਇਸ ਨੋਟ ਵੀ ਆਇਆ ਮੇਰੇ ਕੋਲ ਉਹਨੇ ਉਹਦੇ ਫਾਦਰ ਦਾ ਨਾਮ ਵੀ ਦੱਸਿਆ ਮਦਰ ਦਾ ਨਾਮ ਵੀ ਦੱਸਿਆ ਪਿੰਡ ਦਾ ਨਾਮ ਵੀ ਦੱਸਿਆ ਤੇ ਉਹ ਦੱਸ ਰਹੀ ਹੈ ਕਿ ਮੇਰਾ ਮੇਰੀ ਕੋਈ ਹੈਲਪ ਨਹੀਂ ਕਰ ਰਿਆ ਉਹਨੇ ਆਪਣੀ ਕਿਸੇ ਫਰੈਂਡ ਤੋਂ ਮੇਰਾ ਮੇਰੇ ਇੰਸਟਾਗ੍ਰam ਅਕਾਊਂਟ ਤੋਂ ਨੰਬਰ ਲਿਆ ਤੇ ਕਹਿੰਦੀ ਦੀਦੀ ਮੈਨੂੰ ਉਮੀਦ ਆ ਵੀ ਤੁਸੀਂ ਮੇਰੀ ਹੈਲਪ ਕਰੋਗੇ ਵੀ ਮੈਨੂੰ ਬਚਾ ਲਓ ਮੇਰਾ ਬ੍ਰਦਰ ਆ ਰਿਹਾ ਆ ਜੋ ਕੰਟੀਨਿਊਸਲੀ ਮੈਨੂੰ ਮਲਸਟ ਕਰਦਾ ਸੀ ਆਬਵੀਅਸਲੀ ਗਲਾ ਨਾ ਰੇਪ ਕਰਦਾ ਸੀਗਾ ਜੋ ਵੀ ਹੈ ਤੇ ਵੀ ਉਹ ਹੁਣ ਆ ਗਿਆ ਹੁਣ ਫੇਰ ਮੇਰੇ ਨਾਲ ਇਦਾਂ ਕਰੇਗਾ ਤੇ ਮੈਂ ਆਪਣੇ ਪੇਰੈਂਟਸ ਨੂੰ ਦੱਸਿਆ ਕੋਈ ਮੇਰੀ ਸੁਣ ਨਹੀਂ ਰਿਹਾ ਤੇ ਇਹ ਗੱਲਾਂ ਸੁਣ ਕੇ ਤਾਂ ਰੋਂਗ ਤੇ ਖੜੇ ਹੋ ਜਾਂਦੇ ਆ ਕਿ ਮਤਲਬ ਕਿਵੇਂ ਰਿਸ਼ਤੇ ਸਾਡੇ ਤੈਸ ਨੈਸ ਹੋ ਰਹੇ ਆ ਕੀ ਹੋ ਰਿਹਾ ਸਾਡੇ ਸਮਾਜ ਦੇ ਵਿੱਚ ਅਸੀਂ ਮੁੰਡਿਆਂ ਨੂੰ ਸਿਖਾਉਂਦੇ ਨਹੀਂ ਆ ਨਾ ਮੁੰਡਿਆਂ ਨੂੰ ਸਿਖਾਣਾ ਪੈਂਦਾ ਹੈਗਾ ਕਿ ਦਾਇਰਾ ਕੀ ਹੈ ਔਰ ਜਿਸ ਚੀਜ਼ ਤੋਂ ਅਸੀਂ ਪਰਦਾ ਪਾ ਦਿੰਦੇ ਆ ਫਿਰ ਉਹ ਵੱਧਦੀ ਰਹਿੰਦੀ ਹੈਗੀ ਆ ਆਪਾਂ ਹਮੇਸ਼ਾ ਕਹਿੰਦੇ ਆ ਕਿ ਕੁੜੀ ਨੂੰ ਕਹਿ ਦਿੰਦੇ ਆ ਕਿ ਕੁੜੀ ਅੰਦਰ ਬੜ ਕੇ ਬੈਠ ਜਾਏ ਕੁੜੀ ਉੱਥੇ ਨਾ ਜਾਵੇ ਪਰ ਜੇ ਅਸੀਂ ਆਪਣੇ ਮੁੰਡਿਆਂ ਨੂੰ ਸਿਖਾਉਣ ਲੱਗ ਜਾਈਏ ਕਿ ਕੁੜੀ ਦੀ ਇੱਜ਼ਤ ਕਿਵੇਂ ਕਰਨੀ ਆ ਰਿਸ਼ਤੇ ਕਿਵੇਂ ਮੇਨਟੇਨ ਕਰਨ ਦੇ ਆ ਸ਼ਾਇਦ ਸਾਨੂੰ ਕੁੜੀਆਂ ਤੇ ਰੋਕ ਲਾਉਣ ਦੀ ਲੋੜ ਹੀ ਨਾ ਪਵੇ ਤੁਸੀਂ ਜਿਆਦਾ ਮੈਂ ਸਟੈਟਸ ਪੜ੍ਹ ਰਹੀ ਸੀ ਕਿ ਵੀ ਜਿੰਨਾ ਜ਼ਿਆਦਾ ਬਲਾਤਕਾਰ ਜਾਂ ਛੇੜਛਾੜ ਹੁੰਦੀ ਹੈ ਉਹ ਐਕਚੁਅਲੀ ਘਰ ਦੇ ਅੰਦਰ ਹੁੰਦੀ ਹੈ ਜਾਂ ਘਰ ਵਾਲਿਆਂ ਦੇ ਮਤਲਬ ਕੋਈ ਨਕਰੀਬੀ ਰਿਸ਼ਤਦਾਰਾ ਤੋਂ ਹੁੰਦੀ ਹੈ ਤੁਸੀਂ ਕੁੜੀਆਂ ਨੂੰ ਕਹਿੰਦੇ ਆ ਬਾਹਰ ਨਾ ਜਾਓ ਪਰ ਬਾਹਰ ਜਾਣਾ ਇੰਨਾ ਖਤਰਨਾਕ ਨਹੀਂ ਹੈ ਜਿੰਨਾ ਘਰ ਵਿੱਚ ਰਹਿਣਾ ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ ਮੈਕਸਿਮਮ ਜਿਹੜੀ ਜਿਹੜਾ ਸੈਕਸ ਅਬਿਊਸ ਆ ਉਹ ਫੈਮਲੀਆਂ ਦੇ ਵਿੱਚ ਤੇ ਨੋਨ ਲੋਕਾਂ ਵੱਲੋਂ ਹੁੰਦਾ ਆ ਚਾਈਲਡ ਅਬਿਊਜ਼ ਦੀਆਂ ਗੱਲਾਂ ਤਾਂ ਕਿੰਨੀ ਵਾਰ ਸ਼ੇਅਰ ਕੀਤੀਆਂ ਨੇ ਹਰ ਜਗ੍ਹਾ ਦੇ ਉੱਤੇ ਆਪਣੇ ਕੋਲ ਮਤਲਬ ਇਹੋ ਜੇ ਰਿਕਾਰਡਸ ਨੇ ਇਵਨ ਮੈਨੂੰ ਕੱਲ ਗੰਗਾ ਨਗਰ ਤੋਂ ਇੱਕ ਕਾਲ ਆਈ ਇੱਕ ਲਾਇਰ ਦੀ ਉਹ ਉਹਨੇ ਦੱਸਿਆ ਕਿ ਉਹਦੀ ਵਾਈਫ ਨੇ ਉਹਦੀ 2 ਸਾਲ ਦੀ ਬੱਚੀ ਦੇ ਨਾਲ ਕੋਈ ਛੇੜਛਾੜ ਕਰਕੇ ਤੇ ਉਹਦੇ ਉੱਤੇ ਕੇਸ ਪਵਾਤਾ ਤੇ ਫਿਰ ਉੱਥੇ ਦੀ ਬਾਰ ਐਸੋਸੀਏਸ਼ਨ ਖੜੀ ਹੋਈ ਉੱਥੇ ਬਹੁਤ ਹੰਗਾਮਾ ਹੋਇਆ ਐਂਡ ਫਿਰ ਮੈਡੀਕਲ ਤੋਂ ਬਾਅਦ ਉਹ ਬੰਦੇ ਦੀ ਇਕਵੇਟਲ ਹੋਈ ਸੋ ਮਤਲਬ ਆ ਚੀਜ਼ਾਂ ਵੀ ਹੁੰਦੀਆਂ ਵੀ ਕਿਵੇਂ ਆਪਣੇ ਹੀ 2 ਸਾਲ ਦਾ ਬੱਚਾ ਕਿੱਡਾ ਖਾਂਦਾ ਔਰ ਇੱਕ ਮਾਂ ਕਿਵੇਂ ਅਸਲ ਵਿੱਚ ਯਕੀਨ ਨਾ ਕਰੇ ਕਿ ਇੱਕ ਮਾਂ ਵੀ ਆਪਣੇ ਬੱਚੇ ਮੈਂ ਮੈਂ ਉਹਦਾ ਯਕੀਨ ਨਹੀਂ ਕੀਤਾ ਮੈਂ ਉਹਦੇ ਨਾਲ ਔਖੀ ਹੋ ਗਈ ਫਿਰ ਉਹਨੇ ਮੈਨੂੰ ਪ੍ਰੂਫ ਭੇਜਿਆ ਉਹਨੇ ਮੈਡੀਕਲ ਭੇਜਿਆ ਲਾਈਕ ਇਟ ਵਾਸ ਸ਼ੌਕਿੰਗ ਉਹ ਇਹੋ ਜਿਹੀਆਂ ਚੀਜ਼ਾਂ ਸੁਣ ਕੇ ਤਾਂ ਮੇਰੇ ਆਪਣੇ ਰੋਂਗਟੇ ਖੜੇ ਹੋ ਜਾਂਦੇ ਕਿ ਹੋ ਕੀ ਰਿਹਾ ਆ ਇਹੀ ਨਹੀਂ ਆਪਣੇ ਲੋਕਡਾਊਨ ਦੇ ਵਿੱਚ ਨਾ ਇੱਕ ਖਬਰ ਲੁਕੇ ਰਹੀ ਪਿੰਡ ਮਹੇਸ਼ਰੀ ਹੈ ਮੋਗੇ ਕੋਲ ਉੱਥੇ ਦਾ ਛੋਟਾ ਜਿਹਾ ਬੱਚਾ ਸੁਖਪ੍ਰੀਤ 11 ਸਾਲ ਦਾ ਤੇ ਉਹਦੇ ਗਵੰਡੀ ਆ ਉਦੇ ਗਵੰਡੀ ਦਾ ਨਾਮ ਲੱਕੀ ਉਹਨੇ ਕੀ ਕੀਤਾ ਉਹ ਬੱਚੇ ਦੇ ਨਾਲ ਉਹਨੇ ਰੇਪ ਕੀਤਾ ਮੁੰਡੇ ਦੇ ਨਾਲ ਮੁੰਡੇ ਨਾਲ ਰੇਪ ਕਰਕੇ ਉਹਨੂੰ ਫਾਂਸੀ ਲਾ ਕੇ ਉਹਨੂੰ ਸਾੜਤਾ ਤੇ ਖਬਰ ਸਾਹਮਣੇ ਨਹੀਂ ਆਈ ਇਹਨੂੰ ਮੈਂ ਉਠਾ ਰਹੀ ਆ ਉਹਦੀ ਫੈਮਿਲੀ ਨਾਲ ਅਟੈਚ ਆ ਆਪਣੇ ਇੱਕ ਉਹਦੋਂ ਫਾਈਨੈਂਸ਼ੀਅਲ ਵੀ ਲੋਡ ਆ ਕਿਉਂਕਿ ਗੋਹਾ ਕੁੜਾ ਕਰਦੀ ਐਂਡ ਉਹਦੀ ਬੱਚੇ ਦੀ ਜਿਹੜੀ ਮਦਰ ਆ 91 ਬੌਰਨ ਆ ਸੋ ਉਹ ਵੀ ਕੋਈ ਵੱਡੀ ਉਮਰ ਦੀ ਨਹੀਂ ਹੈਗੀ ਐਂਡ ਸ਼ੀ ਇਜ਼ ਵਿਡੋ ਐਂਡ ਉਹ ਆਪਣੀ ਜਿਹੜੀ ਨਹੀਂ ਦੋ ਬੇਟੇ ਹੋਰ ਆਉਦੇ ਤੇ ਇੱਕ ਉਹਦੀ ਉਹ ਸੱਸਾ ਮਤਲਬ ਘਰ ਦੇ ਵਿੱਚ ਕੋਈ ਉਹ ਹੈ ਨਹੀਂ ਤੇ ਉਹਨੇ ਕੰਪਲੇਂਟ ਕੀਤੀ ਚਲੋ ਚਲਾਨ ਵੀ ਪੇਸ਼ ਹੋ ਗਿਆ ਪੁਲਿਸ ਨੇ ਸਾਰੇ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਹੈਂਡਲ ਕੀਤਾ ਚਲਾਨ ਵੀ ਪੇਸ਼ ਕਰਤਾ ਪਰ ਉਹਦੇ ਘਰੇ ਹੁਣ ਉਹ ਜਿਹੜੇ ਉਹਦਾ ਦੇ ਗਵੰਢੀ ਆ ਉਹਨੂੰ ਬੋਲਦੇ ਕਹਿੰਦੇ ਇੱਕ ਦਾ ਕਤਲ ਕਰਤਾ ਅਸੀਂ ਇੱਕ ਮਾਰਤਾ ਤਾਂ ਅਸੀਂ ਹੋਰ ਵੀ ਮਾਰ ਸਕਦੇ ਆ ਤੇ ਜਾਂ ਮਤਲਬ ਉਹ ਹੀ ਕੇਸ ਵਾਪਸ ਕਰਨ ਲਈ ਤੇ ਫਿਰ ਇੱਕ ਦਿਨ ਉਹਦੇ ਘਰੇ ਵੜ ਗਏ ਅਟੈਕ ਕੀਤਾ ਔਰ ਉਹਦਾ ਮੰਜਾ ਵਗੈਰਾ ਵੀ ਤੋੜ ਕੇ ਗਿਆ ਉਹਦੇ ਉੱਤੇ ਵੀ ਉਹ ਲੇਡੀ ਆ ਜਿਹੜੀ ਉਹਨੂੰ ਵੀ ਮਲਸਟ ਕਰਨ ਲੱਗੇ ਸੀਗੇ ਸੋ ਉਹਦੇ ਨਿਸ਼ਾਨ ਉਹਦੇ ਕੱਪੜੇ ਫਾੜੇ ਹੋਏ ਉਹਦੇ ਕੋਲ ਹੁਣ ਵੀ ਮੈਂ ਉਹਨੂੰ ਕਿਹਾ ਸੀਗਾ ਜੀ ਸੇਵ ਕਰਕੇ ਰੱਖ ਲੈ ਉਹਨੇ ਉਹ ਰੱਖੇ ਕਿਉਂਕਿ ਉੱਥੇ ਉੱਥੇ ਕਿਸੇ ਨੇ ਕਾਰਵਾਈ ਕੀਤੀ ਨਹੀਂ ਉਹਦੀ ਉਹਨੇ ਪੁਲਿਸ ਨੂੰ ਬੁਲਾਇਆ ਉਦੋਂ ਤੱਕ ਬੰਦੇ ਭੱਜ ਗਏ ਸੋ ਬੱਚੇ ਨੇ ਸਾਡੇ ਮੁੰਡੇ ਵੀ ਅੱਜ ਖਤਰੇ ਵਿੱਚ ਹੈਗੇ ਨੇ ਬਿਲਕੁਲ ਸੋ ਆ ਚੀਜ਼ਾਂ ਹੋ ਰਹੀਆਂ ਨੇ ਮਤਲਬ ਸਮਝ ਨਹੀਂ ਆਉਂਦਾ ਕੀ ਕਰੀਏ ਆਈ نو ਇਟਸ ਮਤਲਬ ਲਵਸ ਕਾਟ ਪੈ ਜਾਂਦੇ ਕਿਸ ਤਰ੍ਹਾਂ ਸਾਡੀ ਮਾਨਸਿਕਤਾ ਹੋ ਗਈ ਹੈ ਕਿ ਮਤਲਬ ਮੁੰਡੇ ਅਸੀਂ ਕਹਿੰਦੇ ਚਲੋ ਮੁੰਡੇ ਮਾਰੇ ਹੁੰਦਾ ਮਤਲਬ ਮੁੰਡਿਆਂ ਨਾਲ ਵੀ ਹੋ ਰਿਹਾ ਹੈ ਔਰਤਾਂ ਹਸਬੰਡਸ ਨੂੰ ਮਾਰ ਰਹੀਆਂ ਹੈ ਤਾਂ ਫਿਰ ਸਮਾਜ ਕਿੱਥੇ ਜਾਏਗਾ ਮੁੰਡੇ ਮੁੰਡਿਆਂ ਨਾਲ ਵੀ ਹੋ ਰਿਹਾ ਉੱਪਰ ਤੇ ਜਦੋਂ ਕੋਈ ਕੇਸ ਲਈ ਲੜਨ ਦੀ ਕੋਸ਼ਿਸ਼ ਕਰਦਾ ਫਿਰ ਉਹਨੂੰ ਦੱਬਣ ਦੀ ਕੋਸ਼ਿਸ਼ ਹੁੰਦੀ ਆ ਜਿਵੇਂ ਦੱਸਿਆ ਨਾ ਉਹਦੀ ਮਦਰ ਨੇ ਉਹਦੇ ਲਈ ਫਾਈਟ ਕੀਤਾ ਪੁਲਿਸ ਨੇ ਕੋਆਪਰੇਟ ਕੀਤਾ ਫਿਰ ਉਹਦੇ ਘਰੇ ਰਾਤ ਨੂੰ ਮਤਲਬ ਬੰਦੇ ਵੜ ਗਏ ਕਿਉਂਕਿ ਮੇਲ ਮੈਂਬਰ ਕੋਈ ਹੈ ਨਹੀਂ ਉਹ ਉਹ ਦੋ ਜਣੇ ਆਏ ਉਹਨਾਂ ਨੇ ਉਹਦੀ ਮਦਰ ਦੇ ਮਦਰ ਨੂੰ ਮਲਸਟ ਕਰਨ ਦੀ ਕੋਸ਼ਿਸ਼ ਕੀਤੀ ਜਦ ਤੱਕ ਚਲੋ ਉਹਨੇ ਚੀਕਾ ਜੋ ਕਮਾਰੀਆਂ ਹੋਰ ਲੋਕ ਜਾਗ ਗਏ ਤੇ ਉਹ ਬਚ ਗਈ ਸੋ ਮਤਲਬ ਆ ਚੀਜ਼ਾਂ ਹੁੰਦੀਆਂ ਨੇ ਤੇ ਅੱਜ ਕੱਲ ਕੋਰਟਸ ਬੰਨ੍ਹਦੇ ਤੇ ਲੋਕ ਕਿਦਾਂ ਇਹ ਲੜਾਈ ਝਗੜੇ ਕਿਸ ਤਰ੍ਹਾਂ ਮੈਨੇਜ ਹੋ ਰਹੇ ਨੇ ਉਹੀ ਤਾਂ ਕਹ ਲੈਣਾ ਪੁਲਿਸ ਸਾਰੀ ਆ ਉਹ ਕੋਵਿਡ ਦੇ ਵਿੱਚ ਲੱਗੀ ਹੋਈ ਆ ਥਾਣਿਆਂ ਦੇ ਵਿੱਚ ਆਪਾਂ ਸਿੱਧੇ ਜਾ ਨਹੀਂ ਸਕਦੇ ਹੈਗੇ ਪਹਿਲਾਂ ਕਰਫਿਊ ਲੱਗਿਆ ਸੀਗਾ ਸੋਚ ਲੋ ਘਰ ਦੇ ਵਿੱਚ ਕੁਝ ਹੋ ਰਿਹਾ ਹੋਵੇ ਤੇ ਉਹ ਆਪਣੇ ਕੋਲ ਉਹ ਚੀਜ਼ਾਂ ਵੀ ਆਈਆਂ ਕੰਪਲੇਂਟ ਲਿਖਾਉਣ ਜਾ ਰਹੇ ਆ ਉਹਨਾਂ ਨੂੰ ਕੁੱਟਮਾਰ ਹੋਗੀ ਬੰਦਾ ਜਾ ਕਿਸੇ ਜਾਵੇ ਕਿੱਥੇ ਆਨਲਾਈਨ ਐਕਸੈਸ ਹਰੇਕ ਕੋਲ ਨਹੀਂ ਹੈਗਾ ਇੰਡੀਆ ਐਡਾ ਵੀ ਕੋਈ ਡਿਜੀਟਲ ਇੰਡੀਆ ਨਹੀਂ ਹੋਇਆ ਹੈਗਾ ਕਿ ਹਰ ਕੋਈ ਮੇਲ ਕਰ ਸਕੇ ਹਰ ਕੋਈ ਟਵਿੱਟਰ ਨਹੀਂ ਯੂਜ਼ ਕਰਦਾ ਕਿ ਉਹ ਸੀਐਮਓ ਨੂੰ ਨਾਲ ਦੀ ਨਾਲ ਟਵੀਟ ਕਰ ਦੇ ਜਾਂ ਇਹਨੂੰ ਆ ਡੀਜੀਪੀ ਨੂੰ ਟਵੀਟ ਕਰ ਦੇ ਠੀਕ ਹੁਣ ਇਹਨਾਂ ਚੀਜ਼ਾਂ ਦੇ ਵਿੱਚ ਉਹ ਲੋਕ ਹੀ ਕਰਨ ਉਹ 112 ਦੇ ਉੱਤੇ ਉਹਨਾਂ ਨੇ ਕਿਹਾ ਮੈਂ ਕਿਹਾ 112 ਤੇ ਕਾਲ ਕਰੋ 112 ਤੇ ਕਾਲ ਕਰਦੇ ਆ ਕਹਿੰਦੇ ਕਾਲ ਕਾਲ ਨਹੀਂ ਅਟੈਂਡ ਹੋ ਰਹੀ ਹੁੰਦਾ ਸੋ ਲੋਕ ਜਾਣ ਤੇ ਫਿਰ ਬੱਚਿਆ ਬੱਚਿਆਂ ਲਈ ਹੈਲਪਲਾਈਨ ਹੈਗੀ ਆ 1098 ਉੱਤੇ ਕਾਲ ਕਰਦੇ ਉੱਥੇ ਨਹੀਂ ਕੋਈ ਅਟੈਂਡ ਹੋ ਰਿਹਾ ਮਤਲਬ ਸਮਝ ਨਹੀਂ ਆ ਰਹੀ ਵੀ ਸਿਸਟਮ ਤੇ ਲੋਕ ਕਿੱਥੇ ਜਾ ਰਹੇ ਆਪਣੀ ਸਾਈਕਲਟੀ ਕਿੱਥੇ ਜਾ ਰਹੇ ਹਨ ਉਹਨਾਂ ਦੀ ਜੰਗ ਵਿੱਚ ਇਹ ਚੀਜ਼ ਤਾਂ ਬਹੁਤ ਵੱਧ ਗਈ ਹੈ ਇਹਨਾਂ ਦਾ ਅਸਰ ਅਸੀਂ ਬਾਅਦ ਵਿੱਚ ਦੇਖਾਂਗੇ ਹੋਰ ਕਿੰਨਾ ਹੋਰ ਆਏਗਾ ਕਿਉਂਕਿ ਇਸ ਟਾਈਮ ਨਾ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵਿਟੀ ਵੱਲ ਲੈ ਕੇ ਜਾਣ ਦੀ ਲੋੜ ਆ ਜਿਹੜੇ ਡਿਸਟਰਬ ਹੋ ਰਹੇ ਆ ਉਹ ਸਾਈਕਲੋਜੀਕਲ ਪ੍ਰੋਬਲਮ ਆ ਰਹੀ ਹੈ ਵੈਸੇ ਦੇ ਵੀ ਰਹੀ ਹੈ ਮੈਂ ਦੇਖਿਆ ਗਵਰਨਮੈਂਟ ਦੀ ਉਹ ਜਿਹੜੀ ਐਪ ਹੈਗੀ ਆ ਉਹਦੇ ਤੇ ਉਹ ਸਾਈਕਲੋਜੀਕਲ ਉਹਨਾਂ ਦਾ ਟਰੀਟਮੈਂਟ ਉਹੋ ਜਿਹੀ ਕਾਉਂਸਲਿੰਗ ਐਂਡ ਆਲ ਦੇਸ ਰਹੇ ਆ ਪਰ ਉਹ ਨਹੀਂ ਸਕਸੈਸਫੁਲ ਨਹੀਂ ਹੈਗੀ ਉਹਦੇ ਲਈ ਪਹਿਲੇ ਆਪਣੇ ਆਪ ਨੂੰ ਐਕਸੈਪਟ ਕਰਨਾ ਪੈਂਦਾ ਨਾ ਹਮੈ ਨੂੰ ਬਿਮਾਰੀ ਹੈ ਫਿਰ ਫਿਰ ਮੈਂ ਜਾ ਕੇ ਹੈਲਪ ਲੈਂਗ ਉਹ ਸਭ ਤੋਂ ਅੱਧੀ ਲੜਾਈ ਤਾਂ ਬਿਮਾਰੀ ਮੰਨਣ ਦੀ ਹੁੰਦੀ ਹੈ ਮੰਨਣ ਦੀ ਹੁੰਦੀ ਆ ਜਦੋਂ ਮੰਨ ਕੇ ਸਮਝ ਜੀ ਉਹਦੀ ਬਹੁਤ ਵੱਡੀ ਪ੍ਰੋਬਲਮ ਹੱਲ ਹੋ ਜਾਂਦੀ ਆ ਆਬਵੀਅਸਲੀ ਗੱਲ ਇਹ ਚੀਜ਼ਾਂ ਚਿੰਤਾ ਦਾ ਵਿਸ਼ਾ ਤਾਂ ਹੈਗੀਆਂ ਹੀ ਆ। ਸੋ ਕੋਰਟਸ ਸੇ ਖੋਲਣ ਦਾ ਕੀ ਔਰ ਇਹਨਾਂ ਦਾ ਇਹਨਾਂ ਵਾਸਤੇ ਰਸਤਾ ਕੀ ਨਿਕਲ ਕੇ ਆ ਰਿਹਾ? ਕੋਰਟ ਦੇ ਵਿੱਚ ਅਰਜੈਂਟ ਮੈਟਰ ਜਿਹੜੇ ਹੈਗੇ ਨੇ ਉਹ ਡੀਲ ਹੋ ਰਹੇ ਨੇ। ਜਿਵੇਂ ਫਰੈਸ਼ ਬੇਲ ਅਪਲੀਕੇਸ਼ਨ ਹੋਵੇ ਜਾਂ ਕੋਈ ਫਰੈਸ਼ ਪੀਆਇਲ ਪੇਸ਼ ਹੋਵੇ। ਸੋ ਜੇ ਹਸਬੰਡ ਵਾਈਫ ਦੀ ਲੜਾਈ ਹੋ ਰਹੀ ਜਦ ਤੱਕ ਮਤਲਬ ਬਹੁਤ ਦੇ ਲਈ ਉਹਦੇ ਲਈ ਡੋਮੈਸਟਿਕ ਵਾਇਲੈਂਸ ਨੂੰ ਐਕਸੈਪਟ ਤਾਂ ਕਰ ਰਹੇ ਆ ਬਟ ਡਾਈਵੋਰਸ ਐਂਡ ਆਲ ਉਹੋ ਜੀ ਚੀਜ਼ਾਂ ਨਹੀਂ ਐਕਸੈਪਟ ਕਰ ਰਹੇ। ਸੋ ਹਲੇ ਐ ਸੱਚ ਮਤਲਬ ਨਹੀਂ ਹੋ ਰਿਹਾ ਬਟ ਕੋਰਟ ਓਪਨ ਹੋ ਜਾਣੀਆਂ ਚਾਹੀਦੀਆਂ ਨੇ ਤਰੀਕੇ ਨਾਲ ਤਾਂ ਕਿ ਉਹਨਾਂ ਲੋਕਾਂ ਦੀ ਚੰਗੀ ਤਰ੍ਹਾਂ ਹੈਲਪ ਹੋ ਸਕੇ। ਤੋਂ ਜਿਹੜੇ ਬੱਚਿਆਂ ਨਾਲ ਸੋਸ਼ਲ ਹੋ ਰਿਹਾ ਉਹਦੇ ਬਾਰੇ ਕੀ ਕੀਤਾ ਜਾ ਰਿਹਾ ਹੈਗਾ? ਹੁਣ ਤੁਸੀਂ ਬਚਪਨ ਬਚਾਓ ਮੁਹਿੰਮ ਚੱਲ ਰਹੀ ਸੀਗੀ। ਹੁਣ ਸਕੂਲਸ ਬੰਦ ਨੇ ਹੁਣ ਸਕੂਲ ਹਲੇ ਪਤਾ ਨਹੀਂ ਕਦੋਂ ਖੁੱਲਣੇ ਬੱਚਿਆਂ ਨੂੰ ਕਦੋਂ ਗਾਈਡ ਕਰਾਂਗੇ? ਆਨਲਾਈਨ ਜਿੰਨਾ ਖੁੰਦਾ ਆ ਗਾਈਡ ਕਰਨ ਦੀ ਕੋਸ਼ਿਸ਼ ਕਰਦੇ ਆਂ ਪਰ ਆਨਲਾਈਨ ਇਹ ਆ ਕਿ ਆਨਲਾਈਨ ਲੋਕਾਂ ਨੂੰ ਥੋੜੀ ਜਿਹੀ ਕ੍ਰਿਸਪੀ ਨਿਊਜ਼ ਚਾਹੀਦੀ ਹੁੰਦੀ ਹੈ ਨਾ ਚੰਗੇ ਵੀਡੀਓ ਤਾਂ ਲੋਕ ਸ਼ੇਅਰ ਕਰਟ ਹੀ ਕਰਦੇ ਆ। ਮੈਂ ਮਹੇਸ਼ਰੀ ਵਾਲੀ ਉਹ ਬੱਚੇ ਵਾਲੀ ਕੀਤੀ ਤੇ ਉਹ ਕਿਸੇ ਨੇ ਸ਼ੇਅਰ ਹੀ ਨਹੀਂ ਕੀਤੀ ਉਹਦੀ ਖ਼ਬਰੀ ਵਿਚਾਰੇ ਦੀ ਲਾਕਡਾਊਨ ਚ ਲੁੱਕ ਕੇ ਰਹਿ ਗਈ ਆ ਸੋ ਮੋਟੀਵੇਸ਼ਨਲ ਸੋ ਹੁਣ ਮਤਲਬ ਕੋਸ਼ਿਸ਼ ਕਰ ਰਹੇ ਆ ਟੀਮ ਆ ਕਾਉਂਸਲਿੰਗ ਦੇ ਰਹੀ ਆ ਪਹਿਲਾਂ ਕਿੰਨੇ ਤੁਹਾਨੂੰ ਕਾਲਸ ਤੁਹਾਨੂੰ ਕਿੰਨੇ ਬੱਚੇ ਰੀਚ ਆਊਟ ਕਰ ਰਹੇ ਨੇ ਬੱਚੇ ਕੀ ਮੈਂ ਜੀ ਹੁਣ ਤੁਹਾਨੂੰ ਕੀ ਦੱਸਾਂ ਸਾਡੇ 5 ਜਾਣੇ ਲੱਗੇ ਹੋਏ ਆ ਸੀ 5 ਕਾਲਸ ਮਤਲਬ ਦੋ ਨੰਬਰ ਦਿੱਤੇ ਹੋਏ ਆ ਤੇ ਅੱਗੋਂ ਕਰ ਦੇਈ ਦਿਆ ਪੰਜ ਮੈਂਬਰ ਜਿਹੜੇ ਹੈਗੇ ਆ ਜਿਵੇਂ ਐਡਵੋਕੇਟ ਹਾਕਮ ਆ ਉਹ ਫਿਰ ਲੀਗਲ ਦੇਖਦੇ ਰਹੇ ਆ ਜਿਹੜੇ ਮੈਨੇ ਹੈਂਡਲ ਕਰ ਸਕਦੇ ਡੋਮੈਸਟਿਕ ਵਾਇਲੈਂਸ ਐਂਡ ਆਫੈਂਸ ਅਗੇਂਸਟ ਔਮਨ ਮੈਂ ਡੀਲ ਕਰ ਰਹੀ ਆ ਤੇ ਸਾਡੀ ਟੀਮ ਮੈਂਬਰ ਆ ਗੁਰਜੀਤ ਪਹਿਲਾਂ ਉਹਨੇ ਸਾਰਿਆਂ ਦੀ ਕਾਲ ਅਟੈਂਡ ਕਰਨੀ ਆ ਉਹਨਾਂ ਦੇ ਵਿੱਚੋਂ ਫਿਰ ਦੇਖੂਗਾ ਜਿਹਨੂੰ ਲੋਡ ਆ ਫਿਰ ਇਹ ਕੁੜੀਆ ਹਰਪ੍ਰੀਤਾ ਐਪੀਆ ਸੋ ਲੋਕਾਂ ਨੂੰ ਕਾਉਂਸਲਿੰਗ ਦੇ ਰਹੀ ਜਿੰਨ ਪੰਜਾਂ ਨੇ ਲੱਗੇ ਹੋਏ ਆ ਪਰ ਸਾਡਾ ਸਾਰਾ ਦਿਨ ਹੀ ਮਤਲਬ ਐਦਾ ਨਿਕਲ ਜਾਂਦਾ ਆ ਸਾਰੀਆਂ ਕਾਲਸ ਨਹੀਂ ਅਟੈਂਡ ਹੁੰਦੀਆਂ ਫਿਰ ਵੀ ਲੋਕਾਂ ਦੀ ਸ਼ਿਕਾਇਤ ਆ ਕਹਿੰਦੇ ਤੁਸੀਂ ਫੋਨ ਦਾ ਚ सो so, आप वालों ट्राई कर रहे हैं जिन्ना का कर सकते हैं पर प्रॉपर जो आप कही कि वो सिस्टम लॉकडाउन करके सारा सिस्टम थोड़ा ख़राब होया हो सो पर एटलीस्ट उसी कोशिश तो कर रहे हो सो उदे आई थिंक तारीफ करनी चाहिए कि एंड उम्मीद करते हैं कोई ताकि मदद पर भी आएगा और uh, इस सुन के रस्ता की निकलेगा अगे सिमरन सिमरन की चाहते क्यों कि मतलब एक तीन इन्ना ज़्यादा इसते अपना टाइम लगाया रिसर्च होगी है ਅੱਗੇ ਇਸ ਜਿਹੜੀ ਪ੍ਰੋਬਲਮ ਹੈ ਇਸ ਤੋਂ ਨਿਕਲਣ ਵਾਸਤੇ ਤੁਸੀਂ ਕੀ ਚਾਹੋਗੇ ਕਿ ਸਰਕਾਰ ਜਾਂ ਐਜੂਕੇਸ਼ਨ ਕਰਿਕੂਲਮ ਵਿੱਚ ਕਿਸ ਤਰ੍ਹਾਂ ਦੇ ਚੇਂਜਸ ਆਉਣ ਮੈਂ ਮੈਂ ਚਾਹੁੰਦੀ ਹਾਂ ਕਿ ਸਰਕਾਰ ਇਸ ਚੀਜ਼ ਤੇ ਨਾ ਜਿਹੜੀ ਸਪੈਸ਼ਲੀ ਜਿਹੜੀ ਵਿਮਨ ਐਂਡ ਚਾਈਲਡ ਜੋ ਵੀ ਡਿਪਾਰਟਮੈਂਟ ਹੈਗਾ ਯਾ ਉਹ ਇਸ ਨੂੰ ਸਹੀ ਤਰੀਕੇ ਨਾਲ ਡੀਲ ਕਰੇ ਜਿਵੇਂ ਸਾਡੀਆਂ ਟੀਮਸ ਬਣੀ ਹੋਈਆਂ ਹਨ ਬਲਕਿ ਸਾਡੀ ਟੀਮਸ ਨੂੰ ਬੇਸ਼ੱਕ ਇਹ ਗਵਰਨਮੈਂਟ ਆਪਣਾ ਪ੍ਰੋਜੈਕਟ ਬਣਾ ਕੇ ਚਲਾ ਲੇ ਕਿਉਂਕਿ ਆਪਾਂ ਨੂੰ ਕ੍ਰੈਡਿਟ ਲਾਈਨ ਤੱਕ ਨਹੀਂ ਹੈਗਾ ਸਾਡੇ ਨਾਲ ਦੇ ਉਹਨਾਂ ਨੂੰ ਅਸਿਸਟ ਕਰਨਗੇ ਇਹਨਾਂ ਨੂੰ ਨਾ ਅਵੇਅਰਨੈਸ ਦੀ ਮੋਟੀਵੇਸ਼ਨ ਦੀ ਬਹੁਤ ਜਿਆਦਾ ਲੋੜ ਆ ਅਵੇਅਰਨੈਸ ਮੋਟੀਵੇਸ਼ਨ ਤੇ ਕਾਉਂਸਲਿੰਗ ਸੋ ਟੀਮਸ ਹੈਗੀਆਂ ਨੇ ਜੇ ਇਸ ਚੀਜ਼ ਦੇ ਵਿੱਚ ਸਰਕਾਰ ਇਸ ਪਾਸੇ ਧਿਆਨ ਦੇਵੇ ਤਾਂ ਇਸ ਚੀਜ਼ ਨੂੰ ਆਪਾਂ ਬੜੇ ਵਧੀਆ ਤਰੀਕੇ ਨਾਲ ਹੱਲ ਕਰ ਸਕਦੇ ਹਾਂ ਜਿਹੜੀ ਡੋਮੈਸਟਿਕ ਵਾਇਲੈਂਸ ਵੀ ਹੁੰਦੀ ਆ ਨਾ ਜ਼ਿਆਦਾਤਰ ਡੋਮੈਸਟਿਕ ਵਾਇਲੈਂਸ ਜਿਹੜੀ ਹੁੰਦੀ ਆ ਫਾਈਨੈਂਸ ਛੇਲ ਇਸ਼ੂ ਨੂੰ ਲੈ ਕੇ ਹੁੰਦੀ ਆ ਜਾਂ ਉਹਨਾਂ ਦੇ ਜਦੋਂ ਟੈਂਪਰਾਮੈਂਟ ਨਹੀਂ ਮਿਲਦੇ ਪਰ ਜੇ ਉਹਨਾਂ ਦੀ ਸਹੀ ਤਰੀਕੇ ਨਾਲ ਕਾਉਂਸਲਿੰਗ ਕੀਤੀ ਜਾਵੇ ਵੀ ਹਾਂ ਤੇਰੇ ਚ ਆਹ ਕਮੀਆਂ ਤੂੰ ਥੋੜਾ ਜਿਹਾ ਇਧਰੂ ਧਿਆਨ ਦੇ ਦੂਜੇ ਪਾਰਟਨ ਨੂੰ ਇਹ ਦੱਸਿਆ ਵੀ ਤੂੰ ਥੋੜਾ ਜਿਹਾ ਇਧਰੂ ਧਿਆਨ ਦੇ ਬੜਾ ਫੈਮਿਲੀ ਨੂੰ ਸਮਝਾਇਆ ਜਾਵੇ ਚੀਜ਼ਾਂ ਹੱਲ ਹੋ ਸਕਦੀਆਂ ਨੇ ਪਰ ਆਪਣੇ ਲੋਕ ਪਤਾ ਕੀ ਕਰਦੇ ਇੱਕ ਦੂਜੇ ਨੂੰ ਢਕਾਉਣ ਲੱਗ ਜਾਂਦੇ ਆ ਪਰ ਕੌਣ ਦੀ ਜ਼ਗ੍ਹਾ ਤੇ ਇੱਕ ਦੂਜੇ ਨੂੰ ਪੋਜ਼ਿਟਿਵ ਕਰਨ ਦੀ ਲੋੜ ਆ ਮੰਨ ਲਓ ਦੋ ਪਾਰਟਨਰ ਦੀ ਲੜਾਈ ਹੋ ਰਹੀ ਆ ਤਾਂ ਉਹਨਾਂ ਨੂੰ ਇਹ ਨਹੀਂ ਨਹੀਂ ਇਹਨੇ ਤੇਰੇ ਨਾਲ ਗਲਤ ਕੀਤਾ ਇਹ ਆ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਸਮਝਾਉਣ ਦੀ ਲੋੜ ਆ ਕਿ ਯਸ ਇਸ ਤਰੀਕ ਨੂੰ ਇਦਾਂ ਹਾਂ ਫਾਈਨੈਂਸ਼ੀਅਲ ਹੈਲਪ ਵੀ ਚਾਹੀਦੀ ਹੈ ਕਿਉਂਕਿ ਉਹ ਜਿਹੜੇ ਰਿਸ਼ਤੇਦਾਰ ਆਪਣੀਆਂ ਰੰਜਿਸ਼ਾਂ ਲੈ ਕੇ ਵਿੱਚ ਆ ਜਾਂਦੇ ਉਹ ਸਿਸਟਮ ਨਹੀਂ ਹੋਣਾ ਚਾਹੀਦਾ ਤਾਂ ਹਸਬੰਡ ਵਾਈਫ ਦੀ ਜੋ ਲੜਾਈ ਹੈ ਉਹ ਕਾਉਂਸਲਰ ਕੋਲ ਜਾਏ ਕਿਉਂਕਿ ਉਹ ਜ਼ਮਾਨੇ ਚੱਲੇਗੇ ਕਿ ਵੱਡੇ-ਵੱਡੇ ਸਿਆਣੇ ਹੁੰਦੇ ਸੀ ਠੰਡੇ ਹੁੰਦੇ ਸੀ ਕਿ ਤੇ ਸਮਝਾ ਲੈਂਦੇ ਸੀ ਘਰ ਅੱਜ ਕੱਲ ਕੁੜੀਆਂ ਦੇ ਘਰ ਜ਼ਿਆਦਾਤਰ ਟੁੱਟਦੇ ਇਸ ਕਰਕੇ ਆ ਤੁਹਾਨੂੰ ਵੀ ਪਤਾ ਹੀ ਆ ਤੁਹਾਡੇ ਕੋਲ ਵੀ ਆਉਂਦੇ ਆ ਜਦੋਂ ਮਦਰ ਦੀ ਇੰਟਰਫੀਅਰੈਂਸ ਬਹੁਤ ਜ਼ਿਆਦਾ ਹੁੰਦੀ ਆ ਮਦਰ ਨੇ ਆਪ ਉਹ ਚੀਜ਼ਾਂ ਸਹੀਆਂ ਹੁੰਦੀਆਂ ਨੇ ਆਪਣੀ ਸੱਸ ਤੋਂ ਤੇ ਉਹਨਾਂ ਨੂੰ ਹੁੰਦਾ ਕਿ ਮੇਰੀ ਕੁੜੀ ਤੇ ਜਾ ਕੇ ਸੱਸ ਨੂੰ ਪੂਰਾ ਡੋਮਿਨੇਟ ਕਰਕੇ ਰੱਖੇ ਪਰ ਉਹ ਖਰਾਬ ਹੋ ਜਾਂਦੀ ਆ ਪਰ ਕਈ ਜਗ੍ਹਾ ਦੇ ਉੱਤੇ ਹਸਬੰਡ ਹੀ ਇੰਨੇ ਮਤਲਬ ਉਹ ਹੁੰਦੇ ਉਹਨਾਂ ਦੇ ਅਫੇਅਰ ਕਿਤੇ ਹੋਰ ਚੱਲ ਦਿੰਦੇ ਉਹਨਾਂ ਨੂੰ ਹੁੰਦਾ ਸਾਡੀ ਘਰ ਵਾਲੀ ਅ ਤੁਸੀਂ ਬਾਹਰ ਇਹ ਨਾ ਕੋਸ਼ਿਸ਼ ਤੁਸੀਂ ਆਪਣੀ ਵਾਈਫ ਘਰੇ ਸਿਰਫ ਰੋਟੀ ਪਾਣੀ ਤੇ ਬੱਚੇ ਪਾਲਣ ਲਈ ਤਾਂ ਨਹੀਂ ਹੈਗੀ ਨਾ ਉਹਦੀਆਂ ਉਹਦੀਆਂ ਵੀ ਜ਼ਰੂਰਤਾਂ ਨੇ ਉਹਦੇ ਵੀ ਸੁਪਨੇ ਨੇ ਔਰ ਬੇਟੀਆਂ ਨੂੰ ਸਮਝਾਇਆ ਜਾਂਦਾ ਕਿ ਫਿਰ ਨਵੇਂ ਪਰਿਵਾਰ ਚਾਏ ਉਹ ਮਾ ਦਾ ਬੋਝ ਲੈ ਕੇ ਨਹੀਂ ਆਣਾ ਹੈਗਾ ਬਿਲਕੁਲ ਉਹ ਇਹ ਨਾ ਸਮਝਣ ਦੀ ਲੋੜ ਹੈ ਸਾਡੇ ਵਿੱਚ ਨਾ ਸਬਰ ਤੇ ਉਹ ਸਬਰ ਸੰਤੋਖ ਨਾ ਜਿਹੜਾ ਖਤਮ ਹੋ ਗਿਆ ਜੇ ਉਹੀ ਚੀਜ਼ ਆ ਜਾਏ ਕਿਤੇ ਨਾ ਕਿਤੇ ਮੈਂ ਨਹੀਂ ਕਹਿੰਦੀ ਕਿ ਸਹਿਣਾ ਚਾਹੀਦਾ ਆ ਸਾਨੂੰ ਜ਼ੁਲਮ ਨਹੀਂ ਸਹਿਣਾ ਚਾਹੀਦਾ ਪਰ ਜਿੱਥੇ ਸਾਡੇ ਰਿਸ਼ਤੇ ਆ ਉੱਥੇ ਸਾਨੂੰ ਕੰਪਰੋਮਾਈਜ਼ ਜ਼ਰੂਰ ਕਰਨਾ ਚਾਹੀਦਾ। ਕਈ ਜਗ੍ਹਾ ਦੇ ਉੱਤੇ ਕੰਪਰੋਮਾਈਜ਼ ਜ਼ਰੂਰੀ ਆ ਜੇ ਅਸੀਂ ਆਪਣੇ ਘਰ ਚਲਾਉਣੇ ਆ। ਜਦੋਂ ਮਾਪੇ ਡਾਈਵੋਰਸ ਬਾਰੇ ਸੋਚ ਲੈਂਦੇ ਆ ਛੋਟੇ ਬੱਚੇ ਆ ਜਸ ਲਾਈਕ ਮੇਰੀ ਇਹ ਓਪੀਨੀਅਨ ਆ ਉਹਨਾਂ ਦੇ ਬੱਚੇ ਉਹਨਾਂ ਦੇ ਬੱਚਾਂ ਤੇ ਬਹੁਤ ਮਾੜਾ ਅਸਰ ਹੁੰਦਾ। ਹਾਂ ਇਹ ਗਲਤ ਜਾਂ ਤਾਂ ਫਿਰ ਸਿਚੁਏਸ਼ਨ ਹੀ ਇਹੋ ਜੀ ਆ ਕਿ ਬਿਲਕੁਲ ਹੀ ਨਹੀਂ ਐਡਜਸਟ ਹੋ ਸਕਦਾ। ਫਿਰ ਦੋਨੋਂ ਜਣੇ ਮੈਂ ਜੋ ਸੋਚਦੀ ਆ ਕਿ ਦੋਨੋਂ ਜਣੇ ਨੂੰ ਇਹ ਚਾਹੀਦਾ ਕਿ ਅਸੀਂ ਦੋਨੋਂ ਇਕੱਠੇ ਨਹੀਂ ਰਹਿ ਸਕਦੇ। ਪਰ ਅਸੀਂ ਆਪਣੇ ਬੱਚਿਆਂ ਨੂੰ ਦੋਨੋਂ ਜਾਣੇ ਪਿਆਰ ਦਈਏ ਉਹ ਅਸੀਂ ਬੱਚਿਆਂ ਦੇ ਉੱਤੇ ਕਬਜ਼ਾ ਨਾ ਕਰੀਏ ਉਸ ਚੀਜ਼ ਨਾਲ ਕੀ ਹੁੰਦਾ ਬੱਚੇ ਅਪਸੈਟ ਹੋ ਜਾਂਦੇ ਆ ਸੇ ਉਹ ਸਿਆਣਪ ਜਿਹੜੀ ਹੈ ਉਹ ਆਈ ਥਿੰਕ ਬਚਪਨ ਵਿੱਚ ਹੀ ਸਿਆਣਪ ਸਿਖਾਣੀ ਪੈਂਦੀ ਹੈ ਆ ਪਹਿਲੇ ਕਹਿੰਦੇ ਸੀ ਕਿ ਮਰਦਾਂ ਨੂੰ ਸਿਆਣਪ ਨਹੀਂ ਸਿਖਾਈ ਉਹਨਾਂ ਦਿਖ ਰਿਹਾ ਕਿ ਕੁੜੀਆਂ ਦੀ ਜਿਹੜੀ ਨਵੀਂ ਪੀੜੀ ਆ ਰਹੀ ਉਹਨਾਂ ਨੂੰ ਵੀ ਸਿਆਣਪ ਨਹੀਂ ਸਿਖਾਈ ਤੇ ਦੋਨੋਂ ਪਾਸੇ ਹੁਣ ਘਾਟ ਆ ਰਹੀ ਦੋਨੋਂ ਪਾਸੇ ਆ ਕਿਉਂਕਿ ਕੁੜੀਆਂ ਨੂੰ ਫ੍ਰੀडम ਮਿਲੀ ਹੈ ਨਾ ਉਹ ਫ੍ਰੀडम ਦਾ ਮਿਸਯੂਜ਼ ਹੋ ਗਿਆ ਸਾਨੂੰ ਇਕੁਐਲਿਟੀ ਚਾਹੀਦੀ ਹੈ ਕਿ ਅਸੀਂ ਦੋਨੋਂ ਜਣੇ ਇਕੱਠੇ ਚੱਲਨੇ ਆ ਸਾਡੇ ਵਿੱਚ ਕੋਈ ਇਹ ਨਹੀਂਗਾ ਕਿ ਸਾਡੇ ਚ ਦੌੜ ਲੱਗੀ ਕੁੜੀਆਂ ਨੇ ਅੱਗੇ ਵਧਣਾ ਕਿਉਂਕਿ ਗੱਡੀ ਤਾਂ ਹੀ ਚੱਲਦੀ ਹੈ ਜੇ ਦੋਨੋਂ ਟਾਇਰ ਬਰਾਬਰ ਹੋਣਗੇ ਪਰ ਸਾਡੇ ਚ ਇੱਕ ਇੱਕ ਵੀ ਉੱਚਾ ਨੀ ਮਾ ਕੰਮ ਖਰਾਬ ਆ ਨਾ ਸੋ ਆਪਣੇ ਚ ਉਹ ਜਿਹੜੀ ਹੋ ਗਈ ਆ ਉਹ ਚੀਜ਼ ਆ এডਿਕੇਸ਼ਨ ਉਹ ਹੀ ਕਾਲਿਕ ਸਰਸਿਗੇ ਉਹ ਕਹ ਰਹੇ ਸੀਗੇ ਕਿ ਸਾਨੂੰ ਪੜਾਇਆ ਜਾਂਦਾ ਆ ਪਰ ਸਾਨੂੰ ਸਿਖਾਇਆ ਨਹੀਂ ਜਾਂਦਾ ਅਸੀਂ ਡਿਗਰੀ ਦੇ ਪਿੱਛੇ ਜਾਂਦੇ ਆ ਪਰ ਅਸੀਂ ਜੋ ਸਿੱਖਣਾ ਹੈ ਅਬਜ਼ਰਬ ਕਰਨਾ ਹੈ ਉਸ ਚੀਜ਼ ਪਿੱਛੇ ਨਹੀਂ ਜਾਂਦੇ ਅਸੀਂ ਬੈਠੇ ਗੁਟਕਾ ਪੜੀ ਜਾਂਦੇ ਆ ਪਰ ਅਸੀਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਨਹੀਂ ਲਿਆਉਂਦੇ ਹੈਗੇ ਸੋ ਨਾ ਚੀਜ਼ਾਂ ਦਾ ਕੋਈ ਫਾਇਦਾ ਨਹੀਂਗਾ ਸੋ ਸ਼ਾਇਦ ਆਹੀ ਪ੍ਰੋਬਲਮ ਆ ਤਾਂਹੀ ਜੀ ਸੋ ਆ ਪਤਾ ਨਹੀਂ ਹੁਣ ਕੀ ਹੋਣਾ ਹੈਗਾ ਜਿਵੇਂ ਕੋਰੋਨਾ ਐ ਚੀਜ਼ਾਂ ਵਧੀਆਂ ਜਾ ਰਹੀਆਂ ਹੈਗੀਆਂ ਪਰ ਜੋ ਸਾਡੇ ਦਰਸ਼ਕ ਨੇ ਤੁਸੀਂ ਉਹਨਾਂ ਨਾਲ ਨਹੀਂ ਖੁੱਲੀ ਗੱਲ ਕਰਦੇ ਉਹ ਐਂ ਸਾਰੇ ਤਾਂ ਉਹਨਾਂ ਨੂੰ ਪਿਆਰ ਹੀ ਨਾ ਕਰਦੇ ਹੈ ਆਈ ਐਮ ਸ਼ੋਰ ਤੁਹਾਡੀ ਗੱਲ ਜ਼ਰੂਰ ਸੁਣਨਗੇ ਸੋ ਇਸ ਕਾਲ ਦਾ ਅਸਰ ਹੋਏਗਾ ਤੁਹਾਡੇ ਵਰਗੀਆਂ ਬਾਰਾਂ ਜੋ ਉੱਠ ਕੇ ਆਉਂਦੀਆਂ ਤੇ ਤਬਦੀਲੀਆਂ ਆਨ ਗਿਆ ਅਸਰ ਹੁੰਦਾ ਅਸਰ ਹੁੰਦਾ ਮੈਨੂੰ ਲਾਈਕ ਬਹੁਤ ਕੁੜੀਆਂ ਨੇ ਮੁੰਡੇ ਵੀ ਆ ਜਿਹੜੇ ਕਹਿੰਦੇ ਆ ਕਿ ਯੈਸ ਚਾਹੇ ਮੈਂ ਆ ਲਾਈਵ ਸ਼ੇਅਰ ਕੀਤੀ ਤਾਂ ਕਰਕੇ ਹੋ ਗਿਆ ਜਾਂ ਮੈਂ ਕੋਈ ਮੋਟੀਵੇਸ਼ਨ ਦਿੱਤੀ ਤਾਂ ਕਰਕੇ ਹੋ ਗਿਆ ਉਹ ਕਹਿੰਦੇ ਸਾਡੀ ਲਾਈਫ ਚੇਂਜ ਹੋਈ ਸਾਡੇ ਤੇ ਫਿਰ ਇਹੀ ਚੀਜ਼ਾਂ ਜਦੋਂ ਇਹੋ ਜਿਹੀਆਂ ਕਾਲਸ ਆਉਂਦੀਆਂ ਨੇ ਨਾ ਫਿਰ ਉਹਨਾਂ ਚੀਜ਼ਾਂ ਕਰਕੇ ਕੀ ਹੁੰਦਾ ਕਿ ਲੱਗੀ ਰਹਿ ਨਹੀਂ ਮੋਰਲ ਟੁੱਟਦਾ ਕਿਉਂਕਿ ਮੈਂ ਵੀ ਇਨਸਾਨ ਆ ਜਦੋਂ ਮੇਰੇ ਖਿਲਾਫ ਇੰਨੇ ਜਿਆਦਾ ਆ ਕੇ ਖੜ ਜਾਂਦੇ ਮੇਰਾ ਵੀ ਪਰਿਵਾਰ ਆ ਮੇਰਾ ਵੀ ਮੋਰਲ ਟੁੱਟਦਾ ਮੇਰਾ ਵੀ ਦਿਲ ਕਈ ਵਾਰ ਕਰਦਾ ਕਿ ਪੇਜ ਡਿਲੀਟ ਕਰ ਦੇ ਅਪਸੈਟ ਹੋ ਜਾ ਪਰ ਫਿਰ ਸਮਝਾਈਦਾ ਕਿ ਨਹੀਂ ਨਹੀਂ ਤੁਸੀਂ ਲੱਗੇ ਰਹੋ ਜੀ ਦਾ ਆਪ ਲੱਗੇ ਰਹੀਏ ਨਹੀਂ ਲੱਗੇ ਰਹੋ ਤਾਂ ਕਿ ਚੇਂਜ ਆਏਗੀ ਚੇਂਜ ਤੁਹਾਡੀ ਵਰਗੀ ਆਵਾਜ਼ਾਂ ਤੋਂ ਹੀ ਆਏਗੀ ਸੋ ਮੈਂ ਉਮੀਦ ਕਰਦੀ ਹਾਂ ਜਿਹੜੇ ਦਰਸ਼ਕ ਸਾਡੇ ਦੇਖ ਰਹੇ ਉਹ ਵੀ ਸਮਰਨ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਕਿਸੇ ਤੇ ਇਲਜ਼ਾਮ ਨਹੀਂ ਲਗਾਇਆ ਜਾ ਰਿਹਾ ਬਟ ਜੋ ਮੁੱਦਾ ਹੈ ਉਹ ਹੀ ਉਸ ਨੂੰ ਮੁੱਦੇ ਨੂੰ ਡਟ ਕੇ ਸਾਹਮਣਾ ਕਰਨਾ ਪੈਂਦਾ ਹੈ ਤੇ ਡਟ ਕੇ ਸਾਹਮਣਾ ਕਰੋਗੇ ਤਾਂ ਫਿਰ ਰਸਤਾ ਵੀ ਜ਼ਰੂਰ ਨਿਕਲ ਕੇ ਆਏਗਾ ਥੈਂਕ ਯੂ